ਅਗਲਾ ਮੈਚ ਜਿਹੜਾ ਕਬੱਡੀ ਦਾ ਖੇਡਿਆ ਜਾਣਾ, ਬੇਨਤੀ ਕਰਾਂਗਾ ਵੀ ਖੋਸਾ ਰਣਧੀਰ ਤੇ ਮਨਸੂਰਵਾਲ ਜੀ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣਗੀਆਂ। ਮਾਈਕ ਤੋਂ ਅਗਲੀ ਗੱਲ ਮਰੀ ਖੋਸਾ ਕੋਟਲਾ ਜੀ। ਜਿਹੜਾ ਦੂਜਾ ਸੈਮੀ ਫਾਈਨਲ ਮੈਚ ਅਮਰੇ ਬੂਟੇ 3 ਕਿਲੋ ਵਾਲੀ ਟੀਮ ਵੀ ਸਾਡਾ ਯਾਰ ਸਲੀਣਾ ਏ ਤੇ ਸਲੀਣਾ ਬੀ ਪਿੰਡ ਦੀਆਂ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ। 63 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ, ਪਰ ਉਸ ਤੋਂ ਪਹਿਲਾਂ ਆਪਾਂ ਦੇਖਾਂਗੇ ਵੀ ਸੈਮੀ ਫਾਈਨਲ ਮੈਚ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਡਗਰੂ ਦੀ ਟੀਮ ਤੇ ਦੂਜੇ ਪਾਸੇ ਕਹਿੰਦੇ ਵੀ ਖੋਸਾ ਰਣਧੀਰ ਦੀ ਟੀਮ ਹੈ। ਖੋਸਾ ਰਣਧੀਰ ਦਾ ਮੈਚ ਮਨਸੂਰਵਾਲ 63 ਦਾ ਜਿਹੜਾ ਸੈਮੀ ਮੈਚ ਆ ਉਹ ਖੇਡਿਆ ਜਾਣਾ ਕਿਰਪਾ ਕਰਕੇ। ਹੈਲੋ ਹੈਲੋ ਹਾਂਜੀ ਮਨਜੀਤ ਸਿੰਘ ਜੀ ਇੱਧਰ ਆਓ ਸਟੇਜ ਤੇ। ਸਾਡੀ ਬੇਨਤੀ ਆ ਵੀ ਕਿਰਪਾ ਕਰਕੇ ਜਿਹੜੀਆਂ 63 ਦਾ ਫਾਈਨਲ ਖੇਡਿਆ ਜਾਣਾ ਹੈ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਲਓ ਸਾਹਮਣੇ ਬੋੜੇ ਨੇ ਬੜੀ ਵਧੀਆ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਮਨਸੂਰ ਵਾਲਾ ਨੌਜਵਾਨ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਪਹਿਲੇ ਸਾਲ ਕਹਿੰਦੇ ਵੀ ਘੱਲਾਂ ਵਾਲੇ ਹਰਚੰਦ ਉਹਨਾਂ ਦੀ ਟੀਮ ਦੇ ਲਈ, ਮਾਧੋਗਿਆ ਵਾਲੇ ਬੱਬੀ ਦੀ ਟੀਮ ਲਈ ਕਹਿੰਦੇ ਵੀ ਕੈਨੇਡਾ ਖੇਡੇ ਹੈ। ਕੌਣ? ਅਮਰਜੀਤ ਸਿੰਘ ਹੈ, ਲੋਕੀ ਗੇਜੀ ਕਹਿੰਦੇ ਹੈ। ਲਓ ਸਾਹਮਣੇ ਗੇਜੀ ਕਪੂਰਿਆਂ ਵਾਲਾ ਕਹਿੰਦੇ ਵੀ ਪੁਆਇੰਟ ਬੜੇ ਵਧੀਆ ਢੰਗ ਨਾਲ ਆਪਣੀ ਟੀਮ ਲਈ ਜੋੜ ਗਿਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਦੇਖਦੇ ਹਾਂ ਵੀ ਮਨਸੂਰਵਾਲ ਪਿੰਡ ਦਾ ਨੌਜਵਾਨ ਅਗਲੀ ਕਬੱਡੀ ਪਾਉਣਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਖੇਡਣੀ ਹੋਵੇ ਕਬੱਡੀ ਦੁੱਧ ਡੈਰੀਆਂ ਨਹੀਂ ਪਾਈਦਾ, ਉਹ ਮਾਘ ਵਿੱਚ ਛੱਡਣਾ ਪੈਂਦਾ ਕਹਿੰਦੇ ਨਿਗਰ ਜਾਈਦਾ, ਤੇ ਜੇ ਠਾੜ ਵਿੱਚ ਸਹਿਣੀ ਪੈਂਦੀ ਧੁੱਪ ਦੀ ਮਾਰ ਮਿੱਤਰੋ, ਬਾਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ, ਬਾਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ। ਤ੍ਰੇਡ ਦਾ ਫਾਈਨਲ ਖੇਡਿਆ ਜਾਣਾ ਅਗਲਾ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਸਭ ਦੇਖਾਂਗੇ 63 ਕਿਲੋ ਦਾ ਫਾਈਨਲ। ਪਿੰਡ ਦੀਆਂ ਦੋ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਪਹੁੰਚੀਆਂ ਨੇ, ਸਲੀਣਾ ਏ ਤੇ ਸਲੀਣਾ ਬੀ ਦੋਨੇ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਈਆਂ ਨੇ। ਇਸ ਤੋਂ ਅਗਲਾ ਮੈਚ ਉਹਨਾਂ ਟੀਮਾਂ ਦਾ ਖੇਡਿਆ ਜਾਣਾ। ਲਓ ਦੇਖਦੇ ਹਾਂ ਵੀ ਸਾਹਮਣੇ ਮਨਸੂਰਵਾਲ ਪਿੰਡ ਦਾ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਕਿ ਖੇਡਣੀ ਹੋਵੇ ਕਬੱਡੀ ਦੁੱਧ ਡੈਰੀਆਂ ਨਹੀਂ ਪਾਈਦਾ, ਉਹ ਮਾਘ ਵਿੱਚ ਛੱਡਣਾ ਪੈਂਦਾ ਕਹਿੰਦੇ ਨਿਗਰ ਜਾਈਦਾ, ਤੇ ਜੇ ਠਾੜ ਵਿੱਚ ਸਹਿਣੀ ਪੈਂਦੀ ਧੁੱਪ ਦੀ ਮਾਰ ਮਿੱਤਰੋ, ਬਾਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ। ਲਓ ਸਾਹਮਣੇ ਛਿੰਦਾ ਖੋਸਾ ਰਣਧੀਰ ਵਾਲਾ ਲਾਹ ਤਕੜਾ ਜੱਫਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਬਜਾਜ ਮੋਟਰਸਾਈਕਲ ਦੀ ਚਾਬੀ ਗੁੰਮ ਗਈ ਹੈ, ਜੇ ਕਿਸੇ ਵੀਰ ਨੂੰ ਲੱਭੀ ਹੋਵੇ ਤੇ ਕਿਰਪਾ ਕਰਕੇ ਜਿਹੜੀ ਸਾਡੀ ਟੈਕਨੀਕਲ ਸਟੇਜ ਆ ਉੱਥੇ ਪਹੁੰਚਦੀ ਕਰ ਦਿੱਤੀ ਜਾਵੇ। ਬਜਾਜ ਮੋਟਰਸਾਈਕਲ ਦੀ ਚਾਬੀ ਗੁੰਮ ਗਈ ਹੈ, ਜੇ ਕਿਸੇ ਵੀਰ ਨੂੰ ਲੱਭੀ ਹੋਵੇ ਤੇ ਕਿਰਪਾ ਕਰਕੇ ਵਾਪਸ ਦੇ ਦੇਵੇ। ਅਮਨ ਸੰਧੂ ਦੀ ਪਾਈ ਹੋਈ ਕਬੱਡੀ ਸਾਹਮਣੇ ਹੁਣ ਦੇਖਦੇ ਹਾਂ ਵੀ ਅਮਨ ਸੰਧੂ ਨੌਜਵਾਨ ਤੇ ਮੁੰਡਾ ਸਿੱਖ ਸਰਦਾਰ ਕਹਿੰਦੇ ਪਹਿਲਾਂ ਲੱਤਾਂ ਦੇ ਵਿੱਚ ਬੜਿਆ ਸੀ ਫਿਰ ਉੱਤੇ ਗਿਆ, ਖਿੱਚ ਕੇ ਪਾਸੇ ਕਰਤਾ ਤੇ ਪੁਆਇੰਟ ਅਮਨ ਸੰਧੂ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ।
63 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਉਹ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ, 63 ਕਿਲੋ ਵਰਗ ਦਾ ਫਾਈਨਲ ਮੈਚ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ। ਉਹ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ। ਤਾਂ ਸਾਹਮਣੇ ਇੱਕ ਪਾਸੇ ਬੋੜ ਹੈ, ਬੜੀ ਵਧੀਆ ਕੋਸ਼ਿਸ਼ ਹੈ ਫਿੱਡੂ ਦੀ, ਪਰ ਪੁਆਇੰਟ ਜਿਹੜਾ ਕਹਿੰਦੇ ਵੀ ਮਨਸੂਰਵਾਲ ਦੀ ਟੀਮ ਦੇ ਹਿੱਸੇ। ਹਾਂਜੀ ਹਾਂਜੀ, ਤਲਵੰਡੀ ਭਾਈ ਤੇ ਘੱਲਕਲਾਂ ਜਿਹੜੀਆਂ ਟੀਮਾਂ ਖੇਡ ਕੇ ਗਈਆਂ ਉਹ ਆਪਣਾ 300 ਰੁਪਏ ਦਾ ਇਨਾਮ ਜਿਹੜਾ ਲੈ ਜਾਣ ਤਲਵੰਡੀ ਭਾਈ ਤੇ ਘੱਲਕਲਾਂ। ਤਲਵੰਡੀ ਭਾਈ ਤੇ ਘੱਲਾਂ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਉਹ ਆਪਣੇ ਮਾਣ ਸਨਮਾਨ ਪ੍ਰਾਪਤ ਕਰ ਲੈਣ, ਟੈਕਨੀਕਲ ਸਟੇਜ ਦੇ ਉੱਪਰੋਂ ਆਪਣੇ ਮਾਣ ਸਨਮਾਨ ਪ੍ਰਾਪਤ ਕਰ ਲੈਣ, ਸਾਡੀ ਬੇਨਤੀ ਹੈ। ਅਮਰਜੀਤ ਸਿੰਘ ਗੇਜੀ ਕਪੂਰਿਆਂ ਵਾਲਾ ਕਹਿੰਦੇ ਵੀ ਬੜਾ ਵਧੀਆ ਖਿਡਾਰੀ ਹੈ, ਪੁਆਇੰਟ ਕਹਿੰਦੇ ਵੀ ਆਪਣੀ ਟੀਮ ਲਈ ਜੋੜਦਾ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਨਾਲ ਹੀ ਜਗਤਾਰ ਜੀ ਜਾਲ ਵਾਲੇ ਜੀਰੇ ਵਾਲੇ ਸਟੇਜ ਦੇ ਸਾਹਮਣੇ ਆ ਜਾਣ, ਮੇਨ ਸਟੇਜ ਦੇ ਸਾਹਮਣੇ ਆ ਜਾਣ ਜੀਰੇ ਵਾਲੇ ਜਗਤਾਰ ਜੀ ਜਾਲ ਵਾਲੇ, ਉਹਨਾਂ ਨੂੰ ਸਾਡਾ ਵੀਰ ਬੂਟਾ ਉਮਰੀ ਆਉਣੇ ਵਾਲਾ ਮਿਲਦਾ ਹੈ, ਮਿਲਣਾ ਚਾਹੁੰਦਾ ਹੈ, ਜਾਂ ਕੋਈ ਉਹਦਾ ਆਪਰੇਟਰ ਹੋਵੇ, ਜਾਂ ਕੋਈ ਉਹਨਾਂ ਦਾ ਆਪਰੇਟਰ ਹੋਵੇ, ਮੇਰੀ ਬੇਨਤੀ ਹੈ ਉਹ ਸਟੇਜ ਦੇ ਲਾਗੇ ਆ ਕੇ ਸਾਡੇ ਵੀਰਾਂ ਨੂੰ ਮਿਲ ਲਵੇ। ਲਓ ਹਰਦੀਪ ਸਿੰਘ ਫਿੱਡੂ ਕਹਿੰਦੇ ਜਗਦੇਵ ਕੋਚ ਦਾ ਪੁੱਤ ਹੈ। ਲਓ ਸਾਹਮਣੇ ਦੇਖਦੇ ਹਾਂ ਵੀ ਹੁਣ ਫਿੱਡੂ ਦੀ ਬੜੀ ਵਧੀਆ ਕੋਸ਼ਿਸ਼ ਹੈ, ਤੇ ਪੁਆਇੰਟ ਕਹਿੰਦੇ ਵੀ ਜਿਹੜਾ ਜਾਫੀਆਂ ਦੇ ਹਿੱਸੇ ਹੈ ਖੋਸਾ ਰਣਧੀਰ ਦੀ ਟੀਮ ਦੇ ਹਿੱਸੇ, ਪੁਆਇੰਟ ਦਾ ਵਾਧਾ ਹੁੰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਦਾਦਾ ਹੂਰ ਪਿੰਡ ਦਾ ਮਨਪ੍ਰੀਤ ਸਿੰਘ ਕਬੱਡੀ ਪਾ ਰਿਹਾ। ਲਓ ਸਾਹਮਣੇ ਦੇਖਦੇ ਹਾਂ ਵੀ ਦਾਦਾ ਹੂਰ ਦੇ ਮਨਪ੍ਰੀਤ ਸਿੰਘ ਦੀ ਪਾਈ ਹੋਈ ਕਬੱਡੀ ਹੈ, ਤੇ ਪੁਆਇੰਟ ਜਿਹੜਾ ਖੋਸਾ ਰਣਧੀਰ ਦੀ ਟੀਮ ਦੇ ਹਿੱਸੇ। ਨਾਲ ਹੀ ਦਰਸ਼ਕਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਜਿਹੜਾ ਆਪਾਂ ਤੁਸੀਂ ਭਾਰ ਦਿੰਦੇ ਹੋ ਜਾਲ ਦੇ ਉੱਪਰ, ਜਾਲ ਟੁੱਟ ਗਿਆ ਬਿਲਕੁਲ, ਮੇਰੀ ਬੇਨਤੀ ਹੈ ਜਾਲ ਬਿਲਕੁਲ ਤੋੜ ਦਿੱਤਾ ਦਰਸ਼ਕਾਂ ਨੇ, ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਪਿੱਛੇ। ਹੈਲੋ ਹਾਂਜੀ, ਘੱਲਕਲਾਂ ਵਾਲੀ ਟੀਮ ਵਾਲੇ ਆਪਣੇ ਨਾਮ ਲੈ ਜਾਣ, ਘੱਲਕਲਾਂ ਵਾਲੀ ਟੀਮ ਵਾਲੇ। ਸਾਡੀ ਬੇਨਤੀ ਹੈ ਹੱਥ ਬੰਨ ਕੇ ਵੀ ਦਰਸ਼ਕ ਵੀਰਾਂ ਨੂੰ ਥੋੜਾ ਥੋੜਾ ਪਿੱਛੇ ਹਟ ਜਾਓ, ਕਿਰਪਾ ਕਰਕੇ ਜਿਹੜਾ ਜਾਲ ਉਹ ਬਿਲਕੁਲ ਤੋੜ ਦਿੱਤਾ ਹੈ, ਬੇਨਤੀ ਹੈ ਵੀ ਥੋੜਾ ਜਿਹਾ ਧਿਆਨ ਰੱਖਿਓ ਜਿਹੜੀ ਸੰਗਤ ਹੈ, ਮੇਰੀ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ ਕੇ। ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਅਮਨਾ ਕਬੱਡੀ ਪਾ ਰਿਹਾ ਖੋਸਾ ਰਣਧੀਰ ਵਾਲਾ, ਖੋਸਾ ਰਣਧੀਰ ਵਾਲੇ ਕਹਿੰਦੇ ਵੀ ਅਮਨੇ ਦੀ ਪਾਈ ਹੋਈ ਕਬੱਡੀ ਤੇ ਹੁਣ ਚਾਰ ਜਾਫੀਆਂ ਦੇ ਵਿੱਚੋਂ ਵੱਧ ਕੇ ਕੌਣ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ, ਇਹ ਕੌਡੀ ਖੇਡਣ ਲਈ ਮਿਲਦੇ ਰਹਿਣ ਖੁੱਲੇ ਡੁੱਲੇ ਵੀਜੇ, ਇਹਨਾਂ ਖਿਡਾਰੀਆਂ ਦੇ ਦਾਣੇ ਪਾਣੀ ਵਿੱਚ ਲਿਖਦੇ ਕੈਨੇਡਾ ਦੇ ਤੂੰ ਬਰਗਰ ਪੀਜੇ, ਰਹਿਣ ਨਸ਼ਿਆਂ ਤੋਂ ਦੂਰ ਤੇ ਕਰਨ ਸਰੀਰ ਦੀ ਕੇਅਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮਿਹਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮਿਹਰ ਮਾਲਕਾ। ਮਨਸੂਰਵਾਲ ਪਿੰਡ ਦਾ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ, ਚਾਰ ਜਾਫੀ ਇੱਕ ਪਾਸੇ ਬੋੜਾ, ਲਓ ਸਾਹਮਣੇ ਕਹਿੰਦੇ ਵੀ ਆ ਖੋਸਾ ਰਣਧੀਰ ਵਾਲਾ ਬੋੜਾ ਇਸ ਵੇਲੇ ਬੜੀ ਵਧੀਆ ਕੋਸ਼ਿਸ਼ ਕਰਦਾ, ਕਹਿੰਦੇ ਵੀ ਬਾਗੇ ਵਰਗਿਆਂ ਨੇ ਕਬੱਡੀ ਖੇਡੀ ਹੈ, ਖੋਸਾ ਜਲਾਲ ਦੇ ਕਹਿੰਦੇ ਕਾਲੇ ਨੇ ਕਬੱਡੀ ਖੇਡੀ ਹੈ, ਜਿੱਥੋਂ ਦੇ ਬੀਤੇ ਵਰਗੇ ਤੇ ਪਹਿਲਾਂ ਕਹਿੰਦੇ ਵੀ ਕੋਕੇ ਵਰਗੇ, ਗੁਰਜੀਤ ਗਾਂਧੀ ਵਰਗੇ, ਰੇਸ਼ਮ ਵਰਗੇ, ਪਿਆਰੇ ਵਰਗੇ, ਦਰਸ਼ਨ ਸਿੰਘ ਵਰਗੇ ਕਹਿੰਦੇ ਵੀ ਟੌਪ ਦੀ ਕਬੱਡੀ ਖੇਡ ਗਈ ਆਪਣੇ ਸਮਿਆਂ ਦੇ ਵਿੱਚ। ਚਲੋ ਹਾਂ ਵੀਰੇ ਬੂਟੇ, ਜਿਹੜੀ ਟੀਮ ਇਹਨਾਂ ਟੀਮਾਂ 'ਚ ਜਿੱਤ ਰਹੀ ਆ ਉਹ 22 'ਚ ਜਾਊਗੀ ਵੀਰੇ, ਆ ਇੱਥੇ ਰੱਖ, ਜਿਹੜੀ ਟੀਮ ਜਿੱਤ ਗਈ ਉਹ ਟੀਮ 22 ਦੇ ਵਿੱਚ ਹੈ, ਤੇ ਜੱਸੇ ਬਾਈ ਅਨਾਊਂਸ ਕਰਦੇ ਵੀ ਕਿੰਨਾ ਕਿੰਨਾ ਦਾ ਮੈਚ ਹੋਣਾ ਹੈ। ਡਗਰੂ ਤੇ ਤਲਵੰਡੀ ਭਾਈ ਵੀਰੇ ਅਗਲਾ ਮੈਚ, ਡਗਰੂ ਤੇ ਤਲਵੰਡੀ ਦਾ ਮੈਚ ਖੇਡਿਆ ਜਾਣਾ ਹੈ। ਹੁਣ ਦੇਖਾਂਗੇ ਵੀ ਮੁਬਾਰਕਬਾਦ ਹੈ ਦੋਨੇ ਟੀਮਾਂ ਨੂੰ, ਕਿਹੜੀ ਟੀਮ ਜਿਹੜੀ ਅੱਗੇ ਜਾਂਦੀ ਹੈ ਤੇ ਸਮੇਂ ਨੇ ਦੱਸਣਾ। ਲਓ ਮਨਸੂਰਵਾਲ ਪਿੰਡ ਦਾ ਕਹਿੰਦੇ ਵੀ ਮੁੰਡਾ ਕਬੱਡੀ ਪਾ ਰਿਹਾ, ਸਾਹਮਣੇ ਕਾਲੇ ਨੇ ਕੀਤੀ ਆ ਕੋਸ਼ਿਸ਼, ਤੇ ਪੁਆਇੰਟ ਕਹਿੰਦੇ ਵੀ ਮਨਸੂਰਵਾਲ ਦੀ ਟੀਮ ਦੇ ਹਿੱਸੇ ਜੁੜ ਗਏ ਆ। ਫਾਈਨਲ ਤੋਂ ਬਾਅਦ ਤਲਵੰਡੀ ਭਾਈ ਤੇ ਡਗਰੂ ਦੀਆਂ ਟੀਮਾਂ ਤਿਆਰੀਆਂ ਕਰ ਲੈਣ,
ਫਾਈਨਲ ਤੋਂ ਬਾਅਦ ਤਲਵੰਡੀ ਭਾਈ ਤੇ ਡਗਰੂ ਦੀਆਂ ਟੀਮਾਂ ਤਿਆਰੀਆਂ ਕਰ ਲੈਣ। ਕਪੂਰਿਆਂ ਵਾਲਾ ਗੇਜੀ ਕਹਿੰਦਾ ਹੱਟ ਪਿੱਛੇ ਮਿੱਤਰਾ, ਉਹ ਸਾਹਮਣੇ ਕਪੂਰਿਆਂ ਵਾਲਾ ਗੇਜੀ ਪੁਆਇੰਟ ਖੋਸਾ ਰਣਧੀਰ ਦੀ ਟੀਮ ਲਈ ਜੋੜਦਾ ਹੋਇਆ ਖੇਡਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਕਹਿੰਦੇ ਵੀ ਭਲਵਾਨ ਦੀ ਪਾਈ ਹੋਈ ਕਬੱਡੀ ਹੈ ਕਿ ਪੱਟਾਂ ਦੇ ਨਾਲ ਪੱਟ ਨਹੀਂ ਖੇਡਦੇ, ਡੌਲਿਆਂ ਨੂੰ ਯਾਰ ਉਹ ਹੱਥ ਨਹੀਂ ਪੈਂਦੇ। ਰੱਬ ਨੇ ਦਿੱਤੀ ਛਾਤੀ ਦੇ ਵਿੱਚ ਅੰਨੀ ਜਾਨ, ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ, ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਪੁਆਇੰਟ ਮਨਸੂਰਵਾਲ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਮਾਨਪ੍ਰੀਤ ਕਬੱਡੀ ਪਾ ਰਿਹਾ ਦਾਦਾ ਹੂਰ ਵਾਲਾ, ਦਾਦਾ ਹੂਰ ਵਾਲੇ ਕਹਿੰਦੇ ਵੀ ਮਾਨਪ੍ਰੀਤ ਦੀ ਪਾਈ ਹੋਈ ਕਬੱਡੀ ਹਲਕਾ ਫੁੱਲ ਵਰਗਾ ਟੱਚ ਤੇ ਭਾਰੀ ਸਰੀਰ ਹੈ। ਮੁੰਡਾ ਕਹਿੰਦੇ ਵੀ ਭੱਜਾ ਆਉਂਦਾ ਪੁਆਇੰਟ ਲੈ ਕੇ ਆਪਣੀ ਟੀਮ ਦੇ ਲਈ, ਤੇ ਘੁੰਮ ਕੇ ਮੈਂ ਦੇਖ ਲਈ ਸਾਰੀ ਇਹ ਦੁਨੀਆ, ਰੋਟੀ ਮਿਲੀ ਨੀ ਪੰਜਾਬ ਦੇ ਦੂਰ ਵਰਗੀ, ਲੱਕ ਮਾਰਵੀਆਂ ਜੁੱਤੀਆਂ ਅਨੇਕ ਨੇ ਬਣਾਉਂਦੇ, ਕਿਤੋਂ ਕੱਢੀ ਜੁੱਤੀ ਮਿਲੀ ਨੀ ਕਸੂਰ ਵਰਗੀ, ਜਾਫ ਦੇ ਤਾਂ ਥੰਮ ਨੇਕਾਂ ਬੈਠੇ ਨੇ ਪੰਜਾਬ ਵਿੱਚ ਤੇ ਜਾਫ ਦੇਖੀ ਨਹੀਂ ਹੋ। ਕਹਿੰਦੇ ਵੀ ਇੱਕ ਮਹਠੂਰ ਵਰਗੀ, ਬੜੇ ਪ੍ਰਮੋਟਰ ਵਿਦੇਸ਼ਾਂ ਵਿੱਚ ਬੈਠੇ, ਗੱਲ ਬਣਦੀ ਨੀ ਮੇਜਰ ਭਲੂਰ ਵਰਗੀ, ਲੰਘੇ ਆਣੀਆਂ ਬਿਆੰਦ ਤੂੰ ਵੀ ਲਿਖਦਾ ਵਿਸ਼ੱਕ, ਕਲਮ ਲੱਭਣੀ ਨੀ ਰਾਜੂ ਦੱਦਾ ਹੂਰ ਵਰਗੀ। ਜਗਤਾਰ ਜਾਲ ਵਾਲੇ ਜੀਰੇ ਵਾਲੇ ਸਟੇਜ ਦੇ ਬਿਲਕੁਲ ਸਾਹਮਣੇ ਆ ਜਾਣ, ਮੇਰੀ ਬੇਨਤੀ ਹੈ। ਛੋਟੂ ਹੋਰੀ ਉਹਨਾਂ ਦੇ ਵਰਕਰ ਆ ਜਿਹੜੇ, ਉਹ ਸਟੇਜ ਦੇ ਬਿਲਕੁਲ ਸਾਹਮਣੇ ਆ ਜਾਣ, ਮੇਰੀ ਬੇਨਤੀ ਹੈ। ਨਾਲ ਹੀ ਵੱਡਾ ਧੰਨਵਾਦ ਕਰਦੇ ਹਾਂ ਸੂਬਾ ਸਿੰਘ ਜੀ ਗਿੱਲ ਕਹਿਲਗਰੀ ਵਾਲੇ, ਵੱਡੇ ਮਾਨ ਸਨਮਾਨ ਭੇਜ ਗਏ ਆ, ਪੰਜਾਬੀ ਬੋਲਾਂ ਤੋਂ ਖੁਸ਼ ਹੋ ਗਏ, ਵੱਡਾ ਧੰਨਵਾਦ ਕਰਦੇ ਹਾਂ ਸਰਦਾਰ ਸੂਬਾ ਸਿੰਘ ਜੀ ਗਿੱਲ ਕਹਿਲਗਰੀ ਵਾਲੇ, ਬੜੀ ਸਤਿਕਾਰ ਦੀ ਯੋਗ ਸ਼ਖਸੀਅਤ ਹੈ, ਕਬੱਡੀ ਦੇ ਸ਼ੁਦਾਈ ਹੈ, ਨੋਟਾਂ ਦਾ ਜਿਹੜਾ ਮੀਂਹ ਉਹ ਹਰ ਇੱਕ ਕਬੱਡੀ ਕੰਮ ਦੇ ਵਰਦਾ, ਔਰ ਇਸ ਨਗਰ ਦੇ ਨਾਲ ਜਿਹੜੀ ਵੱਡੀ ਮੁਹੱਬਤ ਹੈ ਉਹਨਾਂ ਦੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਮਨਸੂਰਵਾਲ ਪਿੰਡ ਦਾ ਕਹਿੰਦੇ ਵੀ ਮੁੰਡਾ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਚਾਰ ਜਾਫੀ ਹੈ। ਲਓ ਸਾਹਮਣੇ ਕਹਿੰਦੇ ਵੀ ਸਰੀਰ ਸਾਂਭਿਆ ਮੁੰਡੇ ਨੇ, ਖੋਸੇ ਕੋਟਲੇ ਵਾਲਾ ਸੱਚੀਆਂ ਕਹਿੰਦਾ, ਦਰਿਆਵਾਂ ਦੇ ਪੰਨਾਂ ਦਾ ਨਾਂ ਬਦਲ ਕੇ ਰੱਖ ਦਿਓ ਲੋਕੋ ਸ਼ਿੰਦਾ, ਦਰਿਆਵਾਂ ਦੇ ਪੰਨਾਂ ਦਾ ਨਾਂ ਬਦਲ ਕੇ ਰੱਖ ਦਿਓ ਲੋਕੋ ਸ਼ਿੰਦਾ। ਲਓ ਸਾਹਮਣੇ ਸ਼ਿੰਦਾ ਖੋਸਾ ਰਣਧੀਰ ਵਾਲਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ, ਇਹਦੇ ਨਾਲ ਹੀ ਖੋਸਾ ਰਣਧੀਰ ਦੀ ਟੀਮ ਜੇਤੂ ਰਹੀ ਹੈ। ਹਰਭਜਨ ਸਿੰਘ ਜੀ ਦੇਖਿਓ ਵੀ 63 ਦੀਆਂ ਟੀਮਾਂ ਦੋਨੇ ਆ ਗਈਆਂ ਨੇ, ਸਾਡੇ ਪ੍ਰਧਾਨ ਸਾਹਿਬ ਹੈ, 63 ਦਾ ਫਾਈਨਲ ਖੇਡਿਆ ਜਾਣਾ ਹੁਣ ਖੇਡ ਦੇ ਮੈਦਾਨ ਦੇ ਵਿੱਚ, 63 ਕਿਲੋ ਵਰਗ ਦਾ ਫਾਈਨਲ ਖੇਡਿਆ ਜਾਵੇਗਾ। ਪਹਿਲਾਂ ਕਹਿੰਦੇ ਤਲਵੰਡੀ ਦਾ ਮੈਚ ਕਰਵਾਉਣਾ ਜੀ, ਪ੍ਰਬੰਧਕ ਵੀਰ ਕਹਿੰਦੇ ਤਲਵੰਡੀ ਤੇ ਡਗਰੂ ਦਾ ਮੈਚ ਪਹਿਲਾਂ ਕਰਵਾਇਆ ਜਾਣਾ ਹੈ। ਹੈਲੋ ਹੈਲੋ, ਹਾਂਜੀ ਤਲਵੰਡੀ ਭਾਈ ਤੇ ਡਗਰੂ ਦਾ ਮੈਚ ਕਰਾਉਣਾ ਵੀਰ, ਪਹਿਲੋ ਤਰੇੜ ਦਾ ਕਰਾ ਦੋ ਵੀਰ। ਹਾਂਜੀ ਕਰਾ ਦੋ ਜੀ, ਪਹਿਲੋ 63 ਕਿਲੋ ਦਾ ਕਰਾ ਦੋ ਜੀ ਫਾਈਨਲ ਮੈਚ, ਠੀਕ ਆ ਜੀ। ਹੈਲੋ ਸਾਡੇ ਜਾਲ ਵਾਲੇ ਵੀਰ, ਸਾਡੇ ਵੀਰ ਬੂਟੇ ਉਮਰੀ ਦੇ ਨਾਲ ਸੰਪਰਕ ਕਰਨ ਸਟੇਜ ਦੇ ਸਾਹਮਣੇ ਕਿ ਜਿਨ੍ਹਾਂ ਮੈਨੂੰ ਹੱਥ ਸ਼ਾਮ ਕੀਤੀਆਂ, ਡਿੱਗਦੇ ਦੀ ਫੜੀ ਮੇਰੀ ਬਾਹ, ਮੇਰਾ ਕੀ ਆ ਮੇਰੇ ਕੋਲੇ ਮਾਲਕ ਆ,
ਤੇਰੀ ਦੁਨੀਆਂ ਦਾ ਦਿੱਤਾ ਹੋਇਆ ਨਾਂ ਹੈ, ਸਾਥੀ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੂਟਾ ਉਮਰੀਆਣਾ ਜੀ ਨਾਲ ਅਮਰੀਕ ਖੋਸੇ ਗੋਡਲੇ ਵਾਲਾ ਤੇ ਖੇਡ ਮੈਦਾਨ ਵਿੱਚ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਪਿੰਡ ਦੀਆਂ ਮੇਜ਼ਬਾਨ ਟੀਮਾਂ ਦੇ ਦਰਮਿਆਨ, ਇੱਕ ਪਾਸੇ ਸਲੀਣਾ ਬੀ ਦੂਸਰੇ ਪਾਸੇ ਸਲੀਣਾ ਈ। ਹੈਲੋ ਹੈਲੋ, ਸੌਂਹ ਪਵਾ ਲਓ ਵੀਰ ਇਹਨਾਂ ਨੂੰ ਵੀ, ਇਹਨਾਂ ਨੂੰ ਵੀ ਸੌਂਹ ਪਵਾ ਲਓ ਮੇਰਾ ਬਾਈ। ਮੇਰਾ ਵੀਰ ਜਗਤਾਰ ਵੈਲਕਮ, ਸਾਊਂਡ ਜੀਰੇ ਵਾਲੇ ਵੀਰ, ਜੰਗਲ ਵਾਲੇ ਵੀਰ ਸਾਡੇ ਨਾਲ ਵਾਸਤਾ ਕਾਇਮ ਕਰਨ, ਜੰਗਲ ਵਾਲੇ ਵੀਰ। ਹਾਂਜੀ ਪ੍ਰਧਾਨ ਸਾਹਿਬ ਜੀ, ਇਹਨਾਂ ਨੂੰ ਕਿੰਨੀਆਂ ਰੇਟਾਂ ਦੇਣਾ ਜੀ, ਟਾਈਮ ਕਿੰਨਾ ਦੇਣਾ ਜੀ? ਗੱਬਰ ਸਾਊਂਡ ਉਮਰੀ ਵਾਲੇ ਵੀਰ ਦੀ ਬੜੀ ਪਿਆਰੀ ਆਵਾਜ਼ ਦਿੱਤੀ ਹੋਈ ਆ, ਜਿਵੇਂ 15 ਜੋ ਜੀ 15 ਇਹਨਾਂ ਨੂੰ ਸਾਢੇ 12-13 ਦਾ ਮੁਕਾਬਲਾ ਹੋਵੇਗਾ ਖੇਡ ਮੈਦਾਨ ਦੇ ਵਿੱਚ। ਤਾਸਾ ਵੱਜਿਆ, ਕੂਚ ਦਾ ਹੁਕਮ ਹੋਇਆ, ਚੜੇ ਜੰਗ ਨੂੰ ਸੂਰਮੇ ਸਿੰਘ ਦਲੇਰ ਮੀਆਂ, ਨਿਕਲੇ ਬਾਂਗ ਕੇ ਸ਼ੈਲ ਸ਼ਬੀਲੇ ਪੁਸਰਦਾਰਾਂ ਦੇ, ਜਿਵੇਂ ਬਿੱਲ ਨਿਕਲਦੇ ਸ਼ੇਰ ਮੀਆਂ। ਤੇ ਪਹਿਲਾ ਪੁਆਇੰਟ ਸਰੀਨਾ ਬੀ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਕੋਈ ਖੋਲੇ ਫੇਸਬੁੱਕ, ਕੋਈ ਖੋਲੇ ਸਕ੍ਰੈਪੀ, ਕਬੱਡੀ ਦੁਨੀਆਂ ਦੇ ਪਹੁੰਚਾਉਣੇ, ਕਹਿੰਦਾ ਗਗਨ ਨੂੰ ਹੈਪੀ, ਵਿਦੇਸ਼ਾਂ ਦੇ ਵਿੱਚ ਲੈਂਦੇ ਲੋਕੀ ਕੌਡੀ ਦੇ ਨਜ਼ਾਰੇ, ਐਵੇਂ ਨੀ ਗਗਨ ਤੇ ਹੈਪੀ ਨੂੰ ਦਿੰਦੇ ਸ਼ਾਬਾਸ਼ੇ ਐਨਆਰਏ ਸਾਰੇ ਪੰਜਾਬ ਲਾਈਵ 1.com ਦੇ ਜਰਗੇ ਇੱਕ ਕਬੱਡੀ ਦਿਖਾ ਜਾ ਰਹੀ ਆ। ਨਾਲ ਸਾਡੇ ਸੂਬਾ ਸਿੰਘ ਜੀ ਕੈਲਗਰੀ ਵਾਲੇ, ਨਾਲ ਬਲਦੇਵ ਕੈਨੇਡੀਅਨ, ਵੱਡੇ ਮਾਣ ਕਰਦੇ ਆ ਇਹਨਾਂ ਖਿਡਾਰੀਆਂ ਦਾ ਕਿ ਲੱਗ ਗਿਆ ਜੱਫਾ, ਧਾ ਵੀ ਗਿਆ ਡੱਕਿਆ, ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ। ਦੂਸਰੇ ਪਾਸੇ ਖੇਡ ਮੈਦਾਨ ਵਿੱਚ ਧੰਨਾ ਕਬੱਡੀ ਪਾ ਰਿਹਾ ਸਰੀਨਾ ਬੀ ਦਾ, ਜਿਵੇਂ ਪੰਛੀ ਭਰਦੇ ਨੇ ਉਡਾਰੀ ਸਮਾਨਾਂ ਵਿੱਚ, ਇਵੇਂ ਹੀ ਭਰਦੇ ਨੇ ਉਡਾਰੀ ਖਿਡਾਰੀ ਮੈਦਾਨਾਂ ਵਿੱਚ, ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ। ਅੱਜ ਸਾਰਿਆਂ ਦੇ ਸਾਹਮਣੇ ਕਿਹੜਾ ਚੰਨ ਵਾਂਗੂ ਚਮਕੂਗਾ, ਅੱਜ ਤਾਰਿਆਂ ਦੇ ਸਾਹਮਣੇ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਵਾੜਾ ਜਵਾਹਰ ਸਿੰਘ ਵਾਲਾ ਪਿੰਡ ਆ ਨੌਜਵਾਨ ਦਾ ਨਿੱਕਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਦੂਸਰੇ ਪਾਸੇ ਜਾਫ ਲੈਣ ਦੇ ਵਿੱਚ ਚਾਰ ਜਾਫੀ ਨੇ ਕਿ ਧਾਵੀ ਕਹਿੰਦਾ ਮੈਂ ਉੱਡ ਪਾਊਂਗਾ ਕਬੱਡੀਆਂ, ਜਾਫੀ ਕਹਿੰਦੇ ਲੱਤਾਂ ਬਾਹਾਂ ਹਿੱਕਾਂ ਪੱਟਾਂ ਵਿੱਚ ਤਾਕਤ ਨੇ ਵੱਡੀਆਂ। ਸਮੁੱਚੀ ਆਰਗੇਨਾਈਜ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਡਾਕਟਰ ਹਰਜੀਤ ਸਿੰਘ ਜੀ, ਇਸ ਕਲੱਬ ਦੇ ਪ੍ਰੈਜੀਡੈਂਟ ਨੇ ਵੱਡੀਆਂ ਜ਼ਿੰਮੇਵਾਰੀਆਂ ਨਾਲ, ਰਾਜਵਿੰਦਰ ਸਿੰਘ ਸੋਢੀ ਉਹ ਵੀ ਪੁੱਜੇ ਹੋਏ ਨੇ, ਵੱਡੇ ਮਾਣ ਕਰਦੇ ਆ। ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਵੱਡੀਆਂ ਲੱਗੀਆਂ ਹੋਈਆਂ ਰੌਣਕਾਂ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ, ਜਿਹੜੇ ਵਾਕ ਮੂੰਹ ਚੋਂ ਨਿਕਲੇ ਉਹ ਵਿਰਤੇ ਨਹੀਂ ਜਾਣੇ। 70 ਕਿਲੋ ਦਾ 63 ਕਿਲੋ ਦਾ ਫਾਈਨਲ ਮੁਕਾਬਲਾ ਖੇਡ ਮੈਦਾਨ ਵਿੱਚ ਖੇਡਿਆ ਜਾ ਰਿਹਾ ਕਿ ਚੱਕੀ ਦੇ ਪੁੜਵਰਗੀ ਛਾਤੀ ਜਿਗਰੇ ਗਾਡਰ ਨੇ ਜੂਝ ਜੂਝ ਕੇ ਹੰਦਿਆਂ ਨੂੰ ਟੱਚ ਕਰਦੇ ਬਾਡਰ ਨੇ। ਗੁਰਮੁਖ ਸਿੰਘ ਸੋਢੀ ਵਾਲਾ ਕੀ ਫੈਸਲਾ ਕਰੇਗਾ ਕਿ ਪੁਆਇੰਟ ਸਾਡੇ ਬਲਕਰਨ ਸਿੰਘ ਜੀ ਉੱਪਰ ਉਹ ਵੀ ਪੁੱਜੇ ਹੋਏ ਨੇ, ਨਾਲ ਅਮਰੀਕ ਸਿੰਘ ਜੀ ਜੋਰਜੀਆ ਵਾਲੇ ਉਹਨਾਂ ਦਾ ਵੀ ਧੰਨਵਾਦ। ਚੱਲ ਵੀ ਗੱਬਰਗਾ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਵਾਧਾ ਹੋਇਆ, ਰੇਸ਼ਮ ਦੇ ਨਾਲ ਮਸ਼ਹੂਰ ਆ, ਚਾਰ ਜਾਫੀ ਨੇ ਖੇਡ ਮੈਦਾਨ ਵਿੱਚ
ਗੁਰਜੀਤ ਚੌਲ ਕੈਨੇਡਾ ਜੀ ਬੋਲਣ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਪਿਆਰ ਭੇਜਦੇ ਆ, ਬਹੁਤ ਬਹੁਤ ਧੰਨਵਾਦ ਇਹਨਾਂ ਦਾਨੀ ਸੱਜਣਾ ਦਾ। ਚੱਲ ਵੀ ਸੋਹਣਿਆ ਪਾ ਕਬੱਡੀ ਖੇਡ ਮੈਦਾਨ ਵਿੱਚ, ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਵਿੱਚ ਨਿੱਕਾ ਕਬੱਡੀ ਪਾ ਰਿਹਾ, ਦੂਸਰੇ ਪਾਸੇ ਤਿੰਨ ਜਾਫੀ ਨੇ। ਹਵਾਏ ਫੈਸਲਾ ਕਰੇਗੀ ਰੋਸ਼ਨੀ ਕਾ, ਜਿਸ ਟੀਮ ਮੇ ਦਮ ਹੋਗਾ ਉਹ ਟਿਕ ਜਾਏਗਾ। ਸਾਡੇ ਉਸਤਾਦ ਪ੍ਰੋਫੈਸਰ ਮੱਕੜ ਕੀਪਰ ਕਹਿੰਦੇ ਹੁੰਦੇ ਆ, ਸੋਹਣਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ, ਤੇ ਗਰਮ ਸਿੰਘ ਸੋਢੀ ਵਾਲਾ ਨਹੀਂ ਮੰਨਦਾ ਕਿ ਪੁਆਇੰਟ ਧਾਵੀ ਦੇ ਖਾਤ ਤੇ ਜੁੜਦਾ ਹੋਇਆ। ਅਗਲੀਆਂ ਦੋ ਟੀਮਾਂ ਕਬੱਡੀ ਓਪਨ ਦੀਆਂ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਬਿਨਾਂ ਕਿਸੇ ਦੇਰੀ ਤੋਂ। ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ, ਪਾਈ ਹੋਈ ਕਬੱਡੀ ਤੇ ਦੂਸਰੇ ਪਾਸੇ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਵਿੱਚੋਂ ਨਿੱਕੇ ਨੌਜਵਾਨ ਦਾ ਬੋਲਿਆ ਹੋਇਆ ਤਾਵਾ, ਇੱਕ ਦੋ ਤਿੰਨ ਅਸੀਂ ਚਾਰ ਹਾਂ ਭਰਾ, ਜਿਹੜਾ ਚੰਗਾ ਲੱਗੇ ਹੱਥ ਉਸ ਨੂੰ ਦਿਲਾ ਲਓ। ਸਾਹਮਣੇ ਨੌਜਵਾਨ ਸਲੀਣੇ ਪਿੰਡ ਵਾਲਾ ਕੋਸ਼ਿਸ਼ ਕਰਦਾ ਹੋਇਆ ਕਿ ਚੱਲ ਮੇਲੇ ਨੂੰ ਚੱਲ ਗਏ ਪਾਲਾ ਗੇਰ ਤੋਂ ਗੱਡੀ ਦਾ, ਸਲੀਣੀ ਦੇ ਵਿੱਚ ਮੇਲਾ ਲੱਗਿਆ ਮਾ ਖੇਡ ਕਬੱਡੀ ਦਾ। ਤੇਰੀ ਕਬੱਡੀ ਧੰਨਾ ਪਾ ਰਿਹਾ ਖੇਡ ਮੈਦਾਨ ਵਿੱਚ, ਇੱਕ ਧੰਨਾ ਗਗੜੇ ਪਿੰਡ ਵਾਲਾ ਦੁਨਗਰਾ ਸਟਾਰ ਧਾਵੀ ਆ, ਦੂਸਰੇ ਪਾਸੇ ਆਹ ਨੌਜਵਾਨ ਹਲਕੇ ਹਲਕੇ ਕਲਮ ਦਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਘਰ ਦਾ ਜੋਗੀ ਸਿੱਧ ਨਹੀਂ ਹੁੰਦਾ, ਬਾਹਰਲਾ ਸਿੱਧ ਕਹਾਉਂਦਾ ਏ, ਕੰਮ ਜਾਪਗਾ ਵੇਖ ਜਮਾਨਾ ਕਿੱਥੋਂ ਸੁੱਖ ਮਨਾਉਂਦਾ ਏ, ਲੰਘੇ ਆਣੀਆਂ ਜੋਧਿਆ ਚੋਭਾ ਲਾਉਂਦੇ ਥੱਕਦੇ ਨੀ, ਜਦ ਗੁੱਡੀ ਚੜ ਜੇ ਅੰਬਰੀ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨੀ। ਸਾਡੇ ਬਲਦੇਵ ਸਿੰਘ ਕੈਨੇਡੀਅਨ ਨਾਲ ਸੂਬਾ ਸਿੰਘ ਜੀ ਕਲਗਰ ਕੈਨੇਡਾ ਵਾਲੇ ਮਾਂ ਖੇਡ ਕਬੱਡੀ ਦਾ ਆਨੰਦ ਮਾਣਦੇ ਹੋਏ ਕਿ ਵਿੱਚ ਵਿਦੇਸ਼ਾਂ ਮਾਣ ਵਧਾਇਆ ਮਾਂ ਖੇਡ ਕਬੱਡੀ ਦਾ, ਕਾਲੀਏ ਵਾਲਿਆ ਹਰ ਥਾਂ ਜਾ ਕੇ ਝੰਡਾ ਗੱਡੀ ਦਾ ਲੈ ਨਜ਼ਾਰੇ। ਮਨਦੀਪ ਸਿਆ ਤੂੰ ਵੀ ਉਡਾਨਾਂ ਦੇ ਵਿੱਚ ਮੈਦਾਨੇ ਪਰਖੇ ਜਾਣੇ, ਜ਼ੋਰ ਜਵਾਨਾਂ ਦੇ ਜ਼ੋਰ ਪਰਖੇ ਜਾਣੇ ਨੇ, ਵੱਡੀਆਂ ਲੱਗੀਆਂ ਹੋਈਆਂ ਰੌਣਕਾਂ ਜਿੰਨੇ ਵੀ ਕਬੱਡੀ ਦੇ ਆਚ ਪੁੱਜੇ ਆ। ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਸਾਡੀਆਂ ਮਾਤਾਵਾਂ ਭੈਣਾਂ ਵੀ ਮਾਂ ਖੇਡ ਕਬੱਡੀ ਦਾ ਆਨੰਦ ਮਾਣਦੀਆਂ। ਕਬੱਡੀ ਓਪਨ ਦੀਆਂ ਦੋਵੇਂ ਟੀਮਾਂ ਖੇਡ ਮੈਦਾਨ ਵਿੱਚ ਪੁੱਜਣ, ਦੂਸਰੇ ਪਾਸੇ ਨੌਜਵਾਨ ਵਾੜਾ ਜਵਾਹਰ ਸਿੰਘ ਵਾਲਾ ਪਿੰਡ ਆ ਨਿੱਕੇ ਦੇ ਨਾਂ ਨਾਲ ਮਸ਼ਹੂਰ ਆ, ਚਾਰ ਜਾਫੀ ਨੇ ਕਿ ਖੇਡਣੀ ਹੋਵੇ ਕਬੱਡੀ ਦੁੱਧ ਡੈਰ ਕੇ ਨਹੀਂ ਪਾਈਦਾ, ਉਹ ਮਾਗ ਚ ਖਿਡਾਰੀ ਲੈਂਦਾ ਨੀ ਨਿਗਰ ਜਾਈਦਾ, ਜੇਠ ਹਾਰ ਦੀਆਂ ਧੁੱਪਾਂ ਦੀ ਸਹਿਣੀ ਪੈਂਦੀ ਮਾਰ ਮਿੱਤਰੋ, ਇੰਨਾ ਸੌਖਾ ਨੀ ਬਾਨਾ ਕਬੱਡੀ ਦਾ ਸਟਾਰ ਮਿੱਤਰੋ। ਦੂਸਰੇ ਪਾਸੇ ਬਗਲਾਂ ਭਰੀਆਂ ਹੋਈਆਂ ਕਿ ਅਮਨਦੀਪ ਅੰਬੂ ਕਹਿੰਦੇ ਬਗਲਾਂ ਤੋਂ ਰੋਕਦਾ ਤੇ ਮੰਗਲ ਘਾਲੀ ਕਹਿੰਦੇ ਜੱਫੇ ਚੋਟੀ ਦੇ ਠੋਕਦਾ, ਸੋ ਤਾਂ ਪਰਿਵਾਰ ਦਾ ਪ੍ਰਸਿੱਧ ਆ। ਦੂਸਰੇ ਪਾਸੇ ਸਲੀਣੇ ਪੀਰ ਵਾਲਾ ਨੌਜਵਾਨ ਲੱਖਾਂ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ, ਨਾਲ ਸਾਡੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਜਦੋਂ ਇਹਨਾਂ ਖੇਡ ਮੈਦਾਨਾਂ ਵਿੱਚ ਆਏ। ਮਾਸਟਰ ਕੁਲਵੰਤ ਸਿੰਘ ਜੀ ਆਪਣੇ ਸਕੂਲੀ ਵਿਦਿਆਰਥੀ ਦੇ ਲਈ ਬਹੁਤ ਸਾਰਾ ਮਾਣ ਪਿਆਰ ਭੇਜਦੇ ਆ, ਆਪਾਂ ਧੰਨਵਾਦ ਕਰਾਂਗੇ ਮਾਸਟਰ ਕੁਲਵੰਤ ਸਿੰਘ ਹੋਣਾਂ ਦੇ ਸਮੁੱਚੀ ਆਰਗੇਨਾਈਜ ਪ੍ਰਬੰਧਕ ਕਮੇਟੀ ਦਾ। ਚੱਲ ਵੀ ਸੋਹਣਿਆ ਪਾ ਕਬੱਡੀ ਖੇਡ ਮੈਦਾਨ ਵਿੱਚ, ਕਬੱਡੀ ਓਪਨੀਆਂ ਟੀਮਾਂ ਵੀ ਖੇਡ ਮੈਦਾਨ ਦੇ ਨਾਲ ਜੁੜਨ, ਦੂਸਰੇ ਪਾਸੇ ਨੌਜਵਾਨ ਵਾਧਾ ਹੋਇਆ ਖੇਡ ਮੈਦਾਨ ਵਿੱਚ, ਰੇਸ਼ਮ ਦਾ ਬੋਲਿਆ ਹੋਇਆ ਤਾਵਾ, ਇੱਕ ਰੇਸ਼ਮ ਚਾਂਬੇ ਦੀ ਧਰਤੀ ਦਾ, ਦੂਸਰੇ ਪਾਸੇ ਮੂਹਰੇ ਅੜ ਕੇ ਹੌਸਲਾ ਕਰਕੇ ਪੁੱਤਰਿਆਂ ਸਾਰ ਸਿੰਘਾਂ ਤੋਂ ਫੜ ਕੇ ਜੱਫਾ ਲਾਈ ਜਾਂਦੇ ਆ, ਚੰਗੇ ਕੋਈ ਸਿਆਣੇ ਮਾਪੇ ਜੀਣ ਦਾ ਟੰਗ ਸੁਕਾਈ ਜਾਂਦੇ ਆ। ਦਿਗਲੇਰੀ ਕਬੱਡੀ ਪਿੰਡ ਦੀ ਮੇਜ਼ਬਾਨ ਸਲੀਣਾ ਬੀ ਦੀ ਟੀਮ ਦਾ ਧੰਨਾ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ, ਤਿੰਨ ਜਾਫੀ ਵਿਆਹਤਬੰਦੀ ਕਰਦੇ ਨੇ ਕਿ ਕਦੇ ਧਾਕ ਮਾਰੇ ਕਦੇ ਮਾਰੇ ਧੋਬੀ ਪਾਟਾ, ਕਦੇ ਖਿੱਚ ਕੇ ਪੱਟਾਂ ਵਿੱਚ ਵੜਦਾ ਏ, ਮਿਹਰ ਦੀ ਨਜ਼ਰ ਰੱਬ ਦੀ ਨਜ਼ਰ ਹੋਵੇ ਤਾਂ ਹੀ ਖਿਡਾਰੀ ਭਲਵਾਨ ਬਣਦਾ ਏ। ਜਲੰਧਰ ਦਾ ਏਰੀਆ ਸੰਸਾਰਪੁਰ ਦੀ ਹਾਕੀ ਮਸ਼ਹੂਰ ਆ, ਓਲੰਪਿਕ ਬਲਵੀਰ ਸਿੰਘ ਦਾ ਵੱਡਾ ਨਾਂ ਆ, ਤੇ ਧੰਨਾ ਨੌਜਵਾਨ ਸੁਖੀ ਸਾਂਧੀ ਆਪਣੇ ਪੇਕੇ ਪਿੰਡ ਵਾਸ ਪਰਦਾ ਹੋਇਆ। ਚੱਲ ਵੀ ਸੋਹਣਿਆ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਨਿੱਕਾ ਕਬੱਡੀ ਪਾ ਰਿਹਾ
ਚਾਰ ਜਾਫੀ ਨੇ ਕਿ ਜਿੱਥੇ ਜੰਮਿਆ ਭਗਤ ਸਿੰਘ ਸਰਦਾਰ ਯਾਰ ਮੈਂ ਉਥੋਂ ਦਾ, ਜਿੱਥੇ ਕਬੱਡੀ ਦਾ ਸਟਾਰ ਯਾਰ ਮੈਂ ਉਥੋਂ ਦਾ, ਝੂਲਦੇ ਹੋਏ ਚੰਡੇ ਬੁਲੰਦ ਉਨਾਰੇ ਦਿੰਦੇ ਆ, ਕਬੱਡੀ ਜਿੰਦਾਬਾਦ, ਕਬੱਡੀ ਜਿੰਦਾਬਾਦ, ਆਈ ਲਵ ਕਬੱਡੀ, ਆਈ ਲਵ ਕਬੱਡੀ ਦੇ ਬੁਲੰਦ ਉਨਾਰੇ ਦਿੰਦੇ ਹੋਏ ਪੰਜਾਬ ਲਾਈਵ ਵਰਲਡ ਡੋਟ ਕਾਮ ਦੇ ਜ਼ਰੀਏ ਇੱਕ ਕਬੱਡੀ ਦਿਖਾਈ ਜਾ ਰਹੀ ਆ। ਕੈਮਰੇ ਫੋਕਸ ਨੇ ਅਲਗੇਰੀ ਕਬੱਡੀ ਨੌਜਵਾਨ ਖੇਡ ਮੈਦਾਨ ਵਿੱਚ ਪਾਉਂਦਾ ਹੋਇਆ ਵੱਧ ਕੇ ਬੋਲਿਆ ਹੋਇਆ ਤਾਵਾ, ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਵਿੱਚ ਕੋਸ਼ਿਸ਼ ਕਰਦਾ ਹੋਇਆ ਕਿ ਲੜ ਲਾ ਕੇ ਗੁਰੂ ਦੇ ਤਾਪੇ ਸਿੱਖਣੇ ਪੈਂਦੇ ਨੇ, ਰਹਿਣਾ ਪੈਂਦਾ ਉਹਨਾਂ ਅਸੂਲਾਂ ਤੇ ਜਿਹੜੇ ਕੋਚ ਨੇ ਕਹਿੰਦੇ ਨੇ ਜ਼ਰੂਰੀ ਹੈ ਖਿਡਾਰੀ ਲਈ। ਪਿਆਰ ਸਤਿਕਾਰ ਮਿੱਤਰੋ, ਇੰਨਾ ਸੌਖਾ ਨਹੀਂ ਬਣਨਾ ਕਬੱਡੀ ਦਾ ਸਟਾਰ ਮਿੱਤਰੋ, ਵੱਡੀਆਂ ਮਿਹਨਤਾਂ ਲਾਉਣੀਆਂ ਪੈਂਦੀਆਂ ਪੰਜਾਬੀਰੋ। ਫਿਰ ਲੋਕੀ ਸੁਰਨਾਵੇ ਪੁੱਛਦੇ ਆ ਕਿ ਕਿੱਥੋਂ ਦਾ ਪਲਵਾਨ, ਕਿ ਪੜ੍ਹਦੇ ਥਾਪੀ ਮਾਰ ਕੇ ਮੁੰਡਾ ਮਾਂ ਨੂੰ ਕਹਿੰਦਾ ਕਿ ਮਾਂ ਮੈਨੂੰ ਲੋਕ ਪਲਵਾਨ ਕਹਿੰਦੇ, ਪਤਾ ਉਦੋਂ ਲੱਗਦਾ ਜਦੋਂ ਪੇਚੇ ਬਗਾਨਾ ਨਾਲ ਪੈਂਦੇ ਯਾਰ ਖੁਰਾਕਾਂ ਖਾਧੀਆਂ ਦੇ ਅਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਸਾਡੇ ਅਮਰੀਕ ਸਿੰਘ ਜੀ, ਜਾਰਜ ਵਾਲੇ ਉਹ ਵੀ ਪੁੱਜੇ ਹੋਏ ਨੇ, ਸੂਬਾ ਸਿੰਘ ਜੀ ਕਹਿਣਗੀ ਵਾਲੇ ਤੇ ਬਲਦੇਵ ਸਿੰਘ ਜੀ ਨੰਬਰਦਾਰ ਮਾਰਕੀਟ ਕਬੱਡੀ ਦਾ ਕੈਨੇਡੀਅਨ ਵਾਲੇ ਆਨੰਦ ਮਾਣਦੇ ਹੋਏ, ਲਾਲਾ ਤਲਵੰਡੀ ਭਾਈ ਦਾ ਪੂਜਾ ਹੋਇਆ ਚੱਲ ਵਿੱਚ ਕਿੰਨਾ ਬਾਅਦ ਕਬੱਡੀ ਖੇਡ ਮੈਦਾਨ ਵਿੱਚ। ਦੂਸਰੇ ਪਾਸੇ ਨੌਜਵਾਨ ਅਲਗੇਰੀ ਕਬੱਡੀ ਨਿੱਕਾ ਪਾ ਰਿਹਾ, ਜਸਵੰਤ ਸਿੰਘ ਜੀ, ਸਤਾ ਸਿੰਘ ਵਾਲ ਕੇ ਸਾਡੇ ਬਹੁਤ ਸਤਿਕਾਰਯੋਗ ਜ਼ਿੰਦਗੀ ਦੇ ਪਰਮ ਮਿੱਤਰ ਨੇ। ਸੂਬਾ ਸਿੰਘ ਜੀ ਕੈਲਗਰੀ ਵਾਲੇ ਕੈਨੇਡੀਅਨ, ਉਹਨਾਂ ਦੇ ਭਰਾਤਾ ਜੀ ਬੋਲਣ ਦਾ ਖੋਜੋ ਕਿ ਬਹੁਤ ਸਾਰਾ ਮਾਣ ਪਿਆਰ ਭੇਜ ਕੇ ਆਪਾਂ ਧੰਨਵਾਦ ਕਰਾਂਗੇ ਦਾਨੀ ਸੱਜਣਾਂ ਦਾ ਕਿ ਨੋਟਾਂ ਤੋਂ ਮਹਿੰਗੀ ਚੀਜ਼ ਕੁੜੇ ਜਿੱਤ ਜਾਣ ਤੇਰੇ ਤੋਂ ਵਾਰਾਂਗੇ। ਅੱਜ ਨੋਟਾਂ ਦਾ ਮੀਂਹ ਵਾਰ ਰਿਹਾ ਸੁਨੇਹਣੀ ਦੀ ਧਰਤੀ ਤੇ, ਵੱਡੀਆਂ ਲੱਗੀਆਂ ਹੋਈਆਂ ਰੌਣਕਾਂ ਤੇ ਗਲੇਰੀ ਕਬੱਡੀ ਨੌਜਵਾਨ ਖੇਡ ਮੈਦਾਨ ਵਿੱਚ ਪਾ ਰਹੇ ਨਾਲ ਸਾਡੇ ਬਲਦੇਵ ਸਿੰਘ ਜੀ ਕੈਨੇਡੀਅਨ, ਬੋਲਣ ਦਾ ਖੋਜੋ ਕਿ ਬਹੁਤ ਸਾਰਾ ਮਾਣ ਗੁੱਟ ਫੜਿਆ ਹੋਇਆ ਕਿ ਬੋਰੀਆਂ ਨਿਚੋੜੀਆਂ ਤੇ ਰੱਸੇ ਬੜੇ ਚੜਿਆ, ਜਾਣ ਦਾ ਹਰੇਕ ਜਿਹਦਾ ਜਿਹਦਾ ਗੁੱਟ ਫੜਿਆ, ਜਾਣ ਦਾ ਹਰੇਕ ਜਿਹਦਾ ਜਿਹਦਾ ਗੁੱਟ ਫੜਿਆ। ਨੌਜਵਾਨ ਨੇ ਖੁੱਚ ਪੱਟ ਲਈ ਆ ਕਿ ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ, ਕਬੱਡੀ ਵਿੱਚ ਧਾਕ ਮਿੱਤਰੋ ਤਾਂ ਮਿਹਨਤਾਂ ਦੇ ਨਾਲ ਸਭ ਲੱਗਦੇ, ਖਾ ਕੇ ਖੁਰਾਕ ਮਿੱਤਰੋ ਤੇ ਮੁਕਾਬਲਾ ਸਮਾਪਤ ਆ। ਦਸੀ ਵੀਰ ਲੇਖੇ ਜੋ ਕਿ ਕਿਹੜੀ ਟੀਮ ਜੇਤੂ ਰਹੀ ਆ, ਤ੍ਰੇਡ ਕਿਲੋ ਦਾ ਫਾਈਨਲ ਮੁਕਾਬਲਾ, ਇੱਕ ਵਾਰੀ ਤਾੜੀ ਮਾਰ ਦਿਓ ਜੇ ਬੋਲ ਸੋਹਣੇ ਲੱਗੇ, ਮੈਂ ਸੋਹਣਾ ਲੱਗਾ ਤਾੜੀ ਜ਼ਰੂਰ ਮਾਰੋ। ਸੁਨੇਹਣੀ ਦੀ ਧਰਤੀ ਸਰਦਾ ਮਹਾਂਪੁਰਖਾਂ ਦੀ ਧਰਤੀ ਆ, ਸਲੀਣੇ ਏ ਦੇ ਪੈਡ ਨੇ 12.5, ਸਲੀਣਾ ਬੀ 9 ਪੈਡ, ਇੱਕ ਵਾਰੀ ਜ਼ੋਰਦਾਰ ਤਾੜਾ ਦੋਵਾਂ ਟੀਮਾਂ ਦੇ ਲਈ। ਅਗਲੀ ਮੈਚ ਦੇ ਬਾਅਦ ਅਮਰੀਕ ਜੀ ਖੋਸੇ ਕੋਟਲੇ ਵਾਲੇ ਕਰਨਗੇ ਮਾਰਕੀਟ ਕਬੱਡੀ ਦੀ। ਡਗਰੂ ਤੇ ਤਲਵੰਡੀ ਭਾਈ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਜਲਦੀ, ਨਾਲ ਹੀ ਮਾਸਟਰ ਕਲਵੰਤ ਜੀ ਉਹਨਾਂ ਵੱਲੋਂ ਧੰਨੇ ਦੇ ਲਈ 100 ਰੁਪਏ ਆਪਾਂ ਧੰਨਵਾਦ ਕਰਦੇ ਹਾਂ। ਤਲਵੰਡੀ ਤੇ ਡਗਰੂ ਦੀਆਂ ਟੀਮਾਂ ਜਲਦੀ ਆ ਜਾਣ ਖੇਡ ਦੇ ਮੈਦਾਨ ਦੇ ਵਿੱਚ, ਤਲਵੰਡੀ ਤੇ ਡਗਰੂ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਸਾਡੀ ਬੇਨਤੀ ਹੈ ਵੀ ਟੀਮਾਂ ਜਲਦੀ ਅਗਲੇ ਮੈਚ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਤਲਵੰਡੀ ਭਾਈ ਤੇ ਡਗਰੂ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਤਲਵੰਡੀ ਭਾਈ ਤੇ ਡਗਰੂ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ, ਮੇਰੀ ਬੇਨਤੀ ਹੈ। ਅਗਲਾ ਮੈਚ ਇਹਨਾਂ ਟੀਮਾਂ ਦਾ ਖੇਡਿਆ ਜਾਵੇਗਾ ਖੇਡ ਦੇ ਮੈਦਾਨ ਦੇ ਵਿੱਚ। ਹੈਲੋ,
ਫੜਿਆ ਤਲਵੰਡੀ ਭਾਈ ਤੇ ਡਗਰੂ ਇਹ ਟੀਮਾਂ ਗਰਾਊਂਡ ਚ ਆ ਜਾਣ ਸਾਡੀ ਬੇਨਤੀ ਹੈ ਤਲਵੰਡੀ ਭਾਈ ਤੇ ਡਗਰੂ ਦੀਆਂ ਟੀਮਾਂ ਹੈਲੋ ਤਲਵੰਡੀ ਨਾਲ ਹੀ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ ਵੀ ਬਾਬਾ ਜੀ ਨੂੰ ਲੈ ਕੇ ਆਉਣਗੇ ਸਾਡੇ ਹਰਭਜਨ ਸਿੰਘ ਜੀ ਆਖ ਰਹੇ ਨੇ ਵੀ ਆਪਾਂ ਬਾਬਾ ਜੀ ਨੂੰ ਹਰਪ੍ਰੀਤ ਫੌਜੀ ਜੀ ਗੋਪੇ ਦੇ ਲਈ 100 ਰੁਪਈਆ ਭੇਜਦੇ ਆ ਗੋਪੇ ਦੇ ਲਈ 100 ਰੁਪਈਆ ਭੇਜਦੇ ਹਰਪ੍ਰੀਤ ਸਿੰਘ ਜੀ ਫੌਜੀ ਨਾਲ ਹੀ ਸਾਡੀ ਬੇਨਤੀ ਹੈ ਵੀ ਬਾਬਾ ਜੀ ਨੂੰ ਆਪਾਂ ਗਰਾਊਂਡ ਦੇ ਵਿੱਚ ਲੈ ਕੇ ਆਵਾਂਗੇ ਬੜੀ ਸਤਿਕਾਰਯੋਗ ਸ਼ਖਸੀਅਤ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ ਔਰ ਮਹਾਂਪੁਰਸ਼ਾਂ ਦੇ ਨਾਲ ਸਾਡੇ ਨਗਰ ਦੀਆਂ ਸਾਡੇ ਇਲਾਕੇ ਦੀਆਂ ਮਹਾਨ ਤੇ ਸਤਿਕਾਰਯੋਗ ਸ਼ਖਸੀਅਤਾਂ ਔਰ ਜਿਹੜੀਆਂ ਦੋ ਤਸਵੀਰਾਂ ਦੋ ਸਰੂਪ ਨੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਇਹਨਾਂ ਪ੍ਰਬੰਧਕ ਵੀਰਾਂ ਦਾ ਵੱਡੇ ਜਿਹੜੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਹੈ ਇਸ ਧਰਤੀ ਦੇ ਉੱਪਰ ਔਰ ਨਾਲ ਦੋਨੇ ਟੀਮਾਂ ਦੇ ਲਈ ਆਦਰ ਤੇ ਸਤਿਕਾਰ ਬਖਸ਼ੇ ਜਾ ਰਹੇ ਨੇ ਦੋਨੇ ਟੀਮਾਂ ਦੇ ਲਈ ਜਿਹੜੀਆਂ ਪਿੰਡ ਸਲੀੜੇ ਦੀਆਂ ਫਾਈਨਲ ਦੇ ਵਿੱਚ ਪੁੱਜੀਆਂ ਦੋਨੇ ਟੀਮਾਂ ਇੱਕ ਫਸਟ ਰਹੀ ਹੈ ਇੱਕ ਸੈਕੰਡ ਹੈ ਤਲਵੰਡੀ ਭਾਈ ਦੀ ਟੀਮ ਨੂੰ ਬੇਨਤੀ ਹੈ ਤਲਵੰਡੀ ਭਾਈ ਤੇ ਡਗਰੂ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਤਲਵੰਡੀ ਭਾਈ ਤੇ ਡਗਰੂ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਤਲਵੰਡੀ ਭਾਈ ਤੇ ਡਗਰੂ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਸਾਡੇ ਸਟੂਡੀਓ ਵਾਲੇ ਵੀਰ ਨਾਲ ਸਾਡੇ ਪੰਜਾਬ ਲਾਈਵ ਆਉਣ ਵਾਲੇ ਵੀਰ ਨਾਲ ਜਿੰਨੇ ਪੱਤਰਕਾਰ ਵੀਰ ਪੁੱਜੇ ਹੋਏ ਨੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰਿਆਂ ਦਾ ਧੰਨਵਾਦ ਹੈ ਮੇਰੀ ਬੇਨਤੀ ਹੈ ਤਲਵੰਡੀ ਭਾਈ ਤੇ ਡਗਰੂ ਡਗਰੂ ਦੀ ਟੀਮ ਆ ਗਈ ਹੈ ਤਲਵੰਡੀ ਭਾਈ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਤਲਵੰਡੀ ਭਾਈ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਡਗਰੂ ਦੀ ਟੀਮ ਸਾਰੀ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਗਈ ਹੈ ਆਪਾਂ ਬੇਨਤੀ ਕਰਦੇ ਹਾਂ ਵੀ ਤਲਵੰਡੀ ਭਾਈ ਦੀ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਉਹਨਾਂ ਟੀਮਾਂ ਦਾ ਕਹਿੰਦੇ ਵੀ ਮੈਚ ਪੂਰਾ ਟੌਪ ਦਾ ਖੇਡਿਆ ਜਾਣਾ ਤਲਵੰਡੀ ਭਾਈ ਤੇ ਡਗਰੂ ਡਗਰੂ ਦੀ ਟੀਮ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਗਈ ਹੈ ਸਾਡੇ ਸਤਿਕਾਰਯੋਗ ਹੈ ਉਹ ਕਬੱਡੀ ਦਾ ਮਹਾਨ ਖਿਡਾਰੀ ਰਿਹਾ ਆਪਣੇ ਸਮੇਂ ਦੇ ਵਿੱਚ ਬਲਦੇਵ ਸਿੰਘ ਜੀ ਲੱਲੇ ਵਿਸ਼ੇਸ਼ ਤੌਰ ਤੇ ਪੁੱਜ ਗਏ ਨੇ ਅੱਜ ਮਾਨ ਸਨਮਾਨ ਵੀ ਦਿੱਤਾ ਜਾਣਾ ਸਾਡੇ ਡਾਕਟਰ ਸਾਹਿਬ ਕਹਿੰਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤੇ ਜਾਣੇ ਆ ਸਰਦਾਰ ਬਲਦੇਵ ਸਿੰਘ ਜੀ ਲੱਲੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਰਹੇ ਆ ਦੁਨੀਆ ਹਿਲਾ ਕੇ ਰੱਖ ਦਿੱਤੀ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਬਲਦੇਵ ਸਿੰਘ ਜੀ ਲੱਲੇ ਇੱਥੇ ਪੁੱਜਣ ਦੇ ਆਪਾਂ ਧੰਨਵਾਦ ਕਰਦੇ ਹਾਂ ਅੱਜ ਮਾਨ ਸਨਮਾਨ ਦਿੱਤੇ ਜਾਣੇ ਆ ਨਾਲ ਜਿਹੜੀਆਂ ਤਸਵੀਰਾਂ ਹੋ ਰਹੀਆਂ ਨੇ ਜਿਹੜੀਆਂ ਯਾਦਗਾਰੀ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਸਟੂਡੀਓ ਵਾਲੇ ਵੀਰ ਉਹਨਾਂ ਦਾ ਵੀ ਧੰਨਵਾਦ ਹੈ ਪੰਜਾਬ ਲਾਈਵ 1 ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਅੱਜ ਕਹਿੰਦੇ ਵੀ ਪੂਰੀ ਦੁਨੀਆ ਭਰ ਦੇ ਵਿੱਚ ਦਿਖਾਇਆ ਜਾ ਰਿਹਾ ਪਿੰਡ ਸਲੀਣੇ ਦਾ ਕਬੱਡੀ ਕੱਪ ਅੱਜ ਕਹਿੰਦੇ ਵੀ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਵੱਡੀਆਂ ਰੌਣਕਾਂ ਲੱਗੀਆਂ ਨੇ ਉਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਦਰਸ਼ਕ ਵੀਰ ਹੈ ਆਪਾਂ ਧੰਨਵਾਦ ਕਰਦੇ ਹਾਂ ਸਮੁੱਚੀ ਪ੍ਰਬੰਧਕ ਕਮੇਟੀ ਹੈ ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ
ਜਿਹੜੇ ਦੋਨੇ ਟੀਮਾਂ ਨੂੰ ਮਾਨ ਸਨਮਾਨ ਬਖਸ਼ੇ ਜਾ ਰਹੇ ਨੇ। ਅੱਜ ਵੱਡੀ ਮੁਬਾਰਕਬਾਦ ਹੈ ਪ੍ਰਬੰਧਕ ਵੀਰਾਂ ਨੂੰ, ਕਿਉਂਕਿ ਮੈਚ ਪੂਰੇ ਟੌਪ ਦੇ ਖੇਡੇ ਗਏ ਨੇ ਖੇਡ ਦੇ ਮੈਦਾਨਾਂ ਦੇ ਵਿੱਚ। ਸਾਡੀ ਬੇਨਤੀ ਅਗਲੇ ਮੈਚਾਂ ਦੇ ਲਈ ਤਲਵੰਡੀ ਭਾਈ ਤੇ ਡਗਰੂ ਇਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ। ਤਲਵੰਡੀ ਭਾਈ ਦੀ ਟੀਮ ਨਹੀਂ ਆਈ, ਸਾਡੀ ਬੇਨਤੀ ਹੈ ਵੀ ਤਲਵੰਡੀ ਭਾਈ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ। ਤਲਵੰਡੀ ਭਾਈ ਦੀ ਟੀਮ ਡਗਰੂ ਦੀ ਟੀਮ ਪਹੁੰਚੀ ਹੋਈ ਹੈ, ਵੱਡੇ ਜਿਹੜੇ ਆਸ਼ੀਰਵਾਦ ਨੇ ਮਹਾਂਪੁਰਸ਼ਾਂ ਦੇ ਇਸ ਧਰਤੀ ਦੇ ਉੱਪਰ, ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲੇ, ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਦਿੱਲੀ ਵਾਲੇ, ਵੱਡੇ ਆਸ਼ੀਰਵਾਦ ਨੇ ਇਸ ਧਰਤੀ ਦੇ ਉੱਪਰ, ਵੱਡੇ ਜਿਹੜੇ ਹੱਥ ਨੇ, ਵੱਡੇ ਜਿਹੜੇ ਥਾਪੜੇ ਨੇ ਇਸ ਧਰਤੀ ਨੂੰ, ਇਸ ਇਲਾਕੇ ਦੀਆਂ ਸੰਗਤਾਂ ਨੂੰ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਜਸਵੰਤ ਸਿੰਘ ਜੀ ਸਰਪੰਚ, ਨਾਲ ਹੀ ਸੁਭਾ ਸਿੰਘ ਜੀ ਛੋਟੇ ਵੀਰ ਸੱਦਾ ਸਿੰਘ ਵਾਲਾ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਨਾਲ ਹੀ ਬਜਾਜ ਮੋਟਰਸਾਈਕਲ ਦੀ ਚਾਬੀ ਡਿੱਗ ਪਈ ਹੈ, ਜੇ ਕਿਸੇ ਨੂੰ ਲੱਭੇ ਤੇ ਵਾਪਸ ਕਰ ਦੇਵੇ ਮੇਨ ਸਟੇਜ ਤੇ। ਕਾਕਾ ਅਰਸ਼ਦੀਪ ਨਿਧਾਂ ਵਾਲੇ ਤੋਂ ਆਪਣੇ ਸਾਈਕਲ ਕੋਲੇ ਚਲਾ ਜਾਵੇ। ਤਲਵੰਡੀ ਭਾਈ ਦੀ ਟੀਮ ਨਹੀਂ ਆ ਰਹੀ ਗਰਾਊਂਡ 'ਚ, ਮੇਰੀ ਬੇਨਤੀ ਹੈ ਤਲਵੰਡੀ ਭਾਈ ਦੀ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ, ਸਾਡੀ ਬੇਨਤੀ ਹੈ ਤਲਵੰਡੀ ਭਾਈ ਦੀ ਟੀਮ ਨੂੰ। ਚਾਬੀ ਲੱਭ ਗਈ ਹੈ ਜੀ ਸਾਡੇ ਵੀਰ ਜੱਸੇ ਕੋਲ, ਨਿਸ਼ਾਨੀ ਦੱਸੋ ਪਹਿਲਾਂ, ਜੱਸਾ ਕਹਿੰਦਾ ਨਿਸ਼ਾਨੀ ਦੱਸੋ ਫੇਰ ਚਾਬੀ ਦੇਵਾਂਗੇ। ਜੱਸਿਆ ਮੋਟਰਸਾਈਕਲ ਦੀ ਹੈ, ਮੋਟਰਸਾਈਕਲ ਨੂੰ ਲੱਗਣੀ, ਇਹਦੇ ਨਾਲ ਕਿਹੜਾ ਆਪਾਂ ਤਜੋਰੀਆਂ ਖੋਲਣੀਆਂ ਦੇ ਦੇਈਏ ਜਿਹਦੀ ਹੈਗੀ ਹੈ। ਕਾਕਾ ਅਰਸ਼ਦੀਪ ਸਾਈਕਲ ਕੋਲੇ ਚਲਾ ਜਾਵੇ, ਮੈਚ ਸ਼ੁਰੂ ਕਰਵਾ ਦਈਏ। ਸਾਡੀ ਬੇਨਤੀ ਹੈ ਤਲਵੰਡੀ ਭਾਈ ਦੀ ਟੀਮ ਨਹੀਂ ਆ ਰਹੀ ਗਰਾਊਂਡ 'ਚ, ਤਲਵੰਡੀ ਭਾਈ ਦੀ ਟੀਮ ਨਹੀਂ ਆਈ ਗਰਾਊਂਡ ਦੇ ਵਿੱਚ, ਮੇਰੀ ਬੇਨਤੀ ਹੈ ਤਲਵੰਡੀ ਭਾਈ ਦੀ ਟੀਮ ਨਹੀਂ ਆਈ ਗਰਾਊਂਡ 'ਚ, ਮੇਰੀ ਬੇਨਤੀ ਹੈ ਤਲਵੰਡੀ ਭਾਈ ਦੀ ਟੀਮ ਨੂੰ ਬੇਨਤੀ ਕਰਦੇ ਹਾਂ। ਟੀਮ ਹਾਲੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈ, ਤਲਵੰਡੀ ਭਾਈ ਦੀ ਟੀਮ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਮੈਚ ਕਹਿੰਦੇ ਵੀ ਸੁਬਾ ਤੋਂ ਲੈ ਕੇ ਟੌਪ ਦੇ ਖੇਡੇ ਜਾ ਰਹੇ ਨੇ, ਤੇ ਹੁਣ ਤਲਵੰਡੀ ਭਾਈ ਦੀ ਟੀਮ ਨੂੰ ਬੇਨਤੀ ਕਰਦੇ ਆ ਵੀ ਸੈਮੀ ਫਾਈਨਲ ਮੈਚ ਖੇਡਿਆ ਜਾਣਾ, ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ। ਤਲਵੰਡੀ ਭਾਈ ਸਾਡੀ ਬੇਨਤੀ ਹੈ, ਤਲਵੰਡੀ ਭਾਈ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮ ਜਲਦੀ ਆ ਜਾਵੇ ਖੇਡ ਦੇ ਮੈਦਾਨ ਦੇ ਵਿੱਚ। ਤਲਵੰਡੀ ਭਾਈ ਦੀ ਟੀਮ ਗਰਾਊਂਡ 'ਚ ਨਹੀਂ ਆ ਰਹੀ, ਤਲਵੰਡੀ ਭਾਈ ਦੀ ਟੀਮ ਡਗਰੂ ਦੀ ਟੀਮ ਕਾਫੀ ਸਮੇਂ ਤੋਂ ਪਹੁੰਚੀ ਹੋਈ ਹੈ। ਤਲਵੰਡੀ ਭਾਈ ਦੀ ਟੀਮ ਨੂੰ ਅਸੀਂ 2 ਮਿੰਟ ਦਾ ਸਮਾਂ ਦਿੰਦੇ ਹਾਂ, ਨਹੀਂ ਟੀਮ ਸਕ੍ਰੈਚ ਕਰਾਂਗੇ। ਕਾਫੀ ਸਮੇਂ ਤੋਂ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਤਲਵੰਡੀ ਭਾਈ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ। ਤਲਵੰਡੀ ਭਾਈ ਕਬੱਡੀ ਦੀ ਸਤਿਕਾਰਯੋਗ ਸ਼ਖਸੀਅਤ ਹੈ ਲਾਲਾ ਤਲਵੰਡੀ ਜੀ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਪਹਿਲਾਂ ਕਹਿੰਦੇ ਲਾਲੇ ਨੇ ਬੱਲੇ ਬੱਲੇ ਕਰਵਾਈ, ਤੇ ਹੁਣ ਕਹਿੰਦੇ ਪੁੱਤ ਤੇ ਭਤੀਜੇ ਦਾ ਨਾਂ ਚਾਹੁੰਦਾ, ਵੱਡਾ ਲਗਾ ਇਸ ਨਗਰ ਦੇ ਨਾਲ, ਇਸ ਧਰਤੀ ਦੇ ਨਾਲ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਤਲਵੰਡੀ ਭਾਈ ਦੀ ਟੀਮ ਨਹੀਂ ਆ ਰਹੀ, ਹਰਭਜਨ ਸਿੰਘ ਜੀ ਦੱਸਿਓ ਕਿੰਨਾ ਟਾਈਮ ਦੇਣਾ ਤਲਵੰਡੀ ਦੀ ਟੀਮ ਨੂੰ,
ਪ੍ਰਧਾਨ ਸਾਹਿਬ 2 ਮਿੰਟ ਦਾ ਸਮਾਂ ਦੇ ਦਈਏ। ਠੀਕ ਹੈ ਜੀ, ਸਾਡੇ ਸਤਿਕਾਰਯੋਗ ਹੈ ਹਰਭਜਨ ਸਿੰਘ ਜੀ, ਪ੍ਰਧਾਨ ਸਾਹਿਬ ਕਹਿੰਦੇ 2 ਮਿੰਟ ਦਾ ਸਮਾਂ ਦਿੰਦੇ ਹਾਂ ਅਸੀਂ ਤਲਵੰਡੀ ਦੀ ਟੀਮ ਨੂੰ, 2 ਮਿੰਟ ਦਾ ਸਮਾਂ ਦਿੰਦੇ ਹਾਂ ਵੀ ਉਹ ਟੀਮ 2 ਮਿੰਟ ਦੇ ਵਿੱਚ ਵਿੱਚ ਗਰਾਊਂਡ 'ਚ ਆ ਜਾਵੇ। ਤਲਵੰਡੀ ਭਾਈ ਦੀ ਟੀਮ 2 ਮਿੰਟ ਦਾ ਸਮਾਂ ਦਿੰਦੇ ਆ, ਟੀਮ ਆ ਨਹੀਂ ਰਹੀ ਗਰਾਊਂਡ 'ਚ, ਟੀਮ ਸਕ੍ਰੈਚ ਕਰ ਦੇਣੀ ਆ ਤਲਵੰਡੀ ਭਾਈ ਦੀ। 2 ਮਿੰਟ ਦਾ ਸਮਾਂ ਜਿਹੜਾ ਉਹ ਸਮਾਪਤ ਹੁੰਦਾ ਜਾ ਰਿਹਾ। ਤਲਵੰਡੀ ਭਾਈ ਦੀ ਟੀਮ ਜਲਦੀ ਆ ਜਾਵੇ। ਡਗਰੂ ਦੀ ਟੀਮ ਕਾਫੀ ਸਮੇਂ ਤੋਂ ਪਹੁੰਚੀ ਹੋਈ ਹੈ, ਡਗਰੂ ਦੀ ਟੀਮ ਕਾਫੀ ਸਮੇਂ ਤੋਂ ਪਹੁੰਚੀ ਹੋਈ ਹੈ। ਮੇਰੀ ਬੇਨਤੀ ਹੈ ਤੇ ਬੈਸਟ ਜਾਫੀ ਕੱਢਿਆ ਜਾਣਾ, ਬੜੀ ਵੱਡੀ ਖੁਸ਼ੀ ਦੀ ਗੱਲ ਹੈ ਵੀ ਬੈਸਟ ਟ੍ਰੇਡਰ ਤੇ ਜਾਫੀ ਨੂੰ 41-41 100 ਰੁਪਇਆ ਦਿੱਤਾ ਜਾਣਾ ਹੈ। ਬੈਸਟ ਟ੍ਰੇਡਰ ਤੇ ਬੈਸਟ ਜਾਫੀ ਨੂੰ ਜ਼ੋਰਦਾਰ ਤਾੜੀ ਮਾਰ ਦਿਓ, ਵੱਡਾ ਫੈਸਲਾ ਪ੍ਰਬੰਧਕ ਵੀਰਾਂ ਦਾ। ਸਾਡੀ ਬੇਨਤੀ ਆ ਵੀ ਕਿਰਪਾ ਕਰਕੇ ਤਲਵੰਡੀ ਭਾਈ ਦੀ ਟੀਮ ਜਲਦੀ ਆ ਜਾਵੇ ਖੇਡ ਦੇ ਮੈਦਾਨ ਦੇ ਵਿੱਚ। ਤਲਵੰਡੀ ਭਾਈ ਦੀ ਟੀਮ ਨੂੰ ਬੇਨਤੀ ਕਰਦੇ ਆ ਹਰਭਜਨ ਸਿੰਘ ਜੀ, ਜਿਹੜੀ ਇਹ ਫੋਟੋ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣੀ ਹੈ। ਲੈ ਵੀ ਕੱਲਾ ਵਾਲਿਆ ਨੈਟ ਤੇ ਪਾ ਦੇ, ਪਤਾ ਲੱਗੇ ਵੀ ਪੂਰੀ ਬੱਲੇ ਬੱਲੇ ਹੋਈ ਸੀ ਸਲੀਨੇ ਦੇ ਕਬੱਡੀ ਕੱਪ ਦੇ। ਜਿੰਨੀ ਵੀ ਪ੍ਰਬੰਧਕ ਕਮੇਟੀ ਹੈ ਆਪਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਤਲਵੰਡੀ ਤੇ ਡਗਰੂ ਦਾ ਮੈਚ ਖੇਡਿਆ ਜਾਣਾ ਖੇਡ ਦੇ ਮੈਦਾਨ ਦੇ ਵਿੱਚ, ਫਾਈਨਲ ਦੇ ਵਿੱਚ ਉਹ ਬੈਸਟ ਟ੍ਰੇਡਰ ਤੇ ਬੈਸਟ ਜਾਫੀ ਕੱਢੇ ਜਾਣੇ ਹੈ। 41-41 100 ਰੁਪਇਆ ਜਿਹੜਾ ਮੌਕੇ ਤੇ ਵੱਡਾ ਡਿਸੀਜਨ ਹੈ ਵੀ ਮਾਨ ਸਨਮਾਨ ਆਪਾਂ ਪੂਰੇ ਦੇਣੇ ਹੈ। 41-41 100 ਰੁਪਇਆ ਪ੍ਰਬੰਧਕ ਵੀਰਾਂ ਵੱਲੋਂ ਬੈਸਟ ਟ੍ਰੇਡਰ ਤੇ ਬੈਸਟ ਜਾਫੀ ਦੇ ਲਈ ਦਿੱਤਾ ਜਾਣਾ ਹੈ। ਮੈਚ ਸ਼ੁਰੂ ਆਪਾਂ ਕਰਵਾਵਾਂਗੇ ਪਰ ਤਲਵੰਡੀ ਭਾਈ ਦੀ ਟੀਮ ਆ ਰਹੀ ਹੈ, ਮਰਜ਼ੀ ਹੈ ਤੁਹਾਡੀ। ਤਲਵੰਡੀ ਭਾਈ ਦੀ ਟੀਮ ਡਗਰੂ ਦੇ ਨਾਲ ਕਹਿੰਦੇ ਵੀ ਪੂਰਾ ਟੌਪ ਦਾ ਮੈਚ ਖੇਡਿਆ ਜਾਣਾ ਹੈ। ਜਿਵੇਂ ਪਹਿਲਾਂ ਆਪਾਂ ਮੈਚ ਦੇਖਿਆ ਸੀ ਘੱਲਾ ਦਾ ਤੇ ਤਲਵੰਡੀ ਦਾ, ਕਹਿੰਦੇ ਵੀ ਕੁੰਡੀਆਂ ਦੇ ਸਿੰਘ ਫਸੇ ਸੀ, ਹੁਣ ਫਿਰ ਜਿਹੜੀ ਬੱਲੇ ਬੱਲੇ ਹੋਣੀ ਹੈ ਖੇਡ ਦੇ ਮੈਦਾਨ ਦੇ ਵਿੱਚ। ਹਾਂਜੀ ਪ੍ਰਧਾਨ ਜੀ, 2 ਮੁੰਡੇ ਆ ਗਏ ਨੇ। ਤਲਵੰਡੀ ਦੀ ਸਾਰੀ ਟੀਮ ਨੂੰ ਮੇਰੀ ਬੇਨਤੀ ਹੈ, ਟੀਮਾਂ ਜਲਦੀ ਗਰਾਊਂਡ 'ਚ ਆ ਜਾਣ, ਤਲਵੰਡੀ ਦੀ ਟੀਮ ਨੂੰ ਸਾਡੀ
ਹੱਥ ਬੰਨ ਕੇ ਬੇਨਤੀ ਹੈ ਵੀ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ। ਤਲਵੰਡੀ ਦੀ ਟੀਮ ਨੂੰ ਮੇਰੀ ਬੇਨਤੀ ਹੈ। ਪ੍ਰਧਾਨ ਸਾਹਿਬ ਆ ਗਈਆਂ ਨੇ ਦੋਨੇ ਟੀਮਾਂ। ਮੁਖਤਿਆਰ ਸਿੰਘ ਜੀ ਅਕਾਲੀ ਸਾਹਿਬ ਜ਼ਿੰਮੇਵਾਰੀਆਂ ਨੂੰ ਸਾਂਭੋ, ਦੋਨੇ ਟੀਮਾਂ ਗਰਾਊਂਡ 'ਚ ਆ ਗਈਆਂ ਨੇ। ਜਿਹੜਾ ਸੈਮੀ ਫਾਈਨਲ ਮੈਚ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹੈ। ਹੁਣ ਕਹਿੰਦੇ ਵੀ ਫਾਈਨਲ ਮੈਚ ਉਸ ਤੋਂ ਬਾਅਦ ਖੇਡਿਆ ਜਾਣਾ ਤੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ 41-41 100 ਰੁਪਈਆ ਦਿੱਤਾ ਜਾਣਾ ਹੈ। ਜਿਹੜੇ ਦੋਨੇ ਟੀਮਾਂ ਦੇ ਵਾਧੂ ਪਲੇਅਰ ਹੈ, ਸਾਡੀ ਬੇਨਤੀ ਹੈ ਵੀ ਉਹ ਸਾਈਡ ਤੇ ਜਿਹੜਾ ਬੈਠ ਜਾਣ, ਕਿਉਂਕਿ ਮੈਚ ਦਾ ਆਪਾਂ ਸਾਰਿਆਂ ਨੇ ਆਨੰਦ ਮਾਣਨਾ ਹੈ, ਕਿਉਂਕਿ ਦਰਸ਼ਕ ਵੀਰ ਵੱਡੀ ਗਿਣਤੀ ਦੇ ਵਿੱਚ ਪੁੱਜੇ ਹੋਏ ਨੇ। ਜਿਹੜਾ ਇਕੱਲਾ ਇਕੱਲਾ ਖਿਡਾਰੀ ਜਿਹੜਾ ਦੂਰੋਂ ਨਜ਼ਰ ਆਵੇਗਾ, ਮੇਰੀ ਬੇਨਤੀ ਹੈ ਜਿਹੜੇ ਪਲੇਅਰ ਹੈ ਜਿਨ੍ਹਾਂ ਨੇ ਕਬੱਡੀ ਨਹੀਂ ਪਾਉਣੀ, ਜਾਫਾ ਨਹੀਂ ਲਾਉਣਾ, ਪ੍ਰਬੰਧਕ ਵੀਰ ਕਹਿੰਦੇ ਵੀ ਉਹ ਸਾਈਡ ਤੇ ਬਿਠਾ ਲਏ ਜੜ। ਮੈਚ ਤਲਵੰਡੀ ਤੇ ਡਗਰੂ ਦਾ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇ। ਮੈਚ ਤਲਵੰਡੀ ਤੇ ਡਗਰੂ ਦਾ ਹੁਣ ਖੇਡਿਆ ਜਾਣਾ ਹੈ। ਮੈਚ ਕਹਿੰਦੇ ਵੀ ਪੂਰਾ ਟੌਪ ਦਾ ਖੇਡਿਆ ਜਾਵੇਗਾ। ਖੇਡ ਦੇ ਮੈਦਾਨ ਦੇ ਵਿੱਚ ਆਪਾਂ ਸਭ ਆਨੰਦ ਮਾਣਾਂਗੇ ਇਸ ਚੱਲਣ ਵਾਲੇ ਮੈਚ ਦਾ। ਖੇਡ ਦੇ ਮੈਦਾਨ ਦੇ ਵਿੱਚ ਹੁਣ ਕਹਿੰਦੇ ਵੀ ਜਿਹੜਾ ਸਵਾਦ ਆਵੇਗਾ ਇੱਕ ਇੱਕ ਕਬੱਡੀ ਦਾ। ਮੈਚ ਸੈਮੀ ਫਾਈਨਲ ਹੈ, ਦੋਨੇ ਟੀਮਾਂ ਸਿਰੇ ਦੇ ਪਲੇਅਰਾਂ ਦੇ ਨਾਲ ਲੈਸ ਟੀਮਾਂ ਨੇ। ਕਹਿੰਦੇ ਵੀ ਪੂਰੀ ਦੁਨੀਆ ਭਰ ਦੇ ਵਿੱਚ ਤਸਵੀਰ ਜਾ ਰਹੀ ਹੈ ਉਸ ਕਬੱਡੀ ਕੈਂਪ ਦੀ। ਜਿੰਨੇ ਵੀ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਰੇ ਫੋਨ ਕਰਕੇ ਦੱਸ ਰਹੇ ਵੀ ਵਧਾਈਆਂ ਦੇ ਦਿਓ ਪ੍ਰਬੰਧਕ ਵੀਰਾਂ ਨੂੰ, ਕਿਉਂਕਿ ਬੜਾ ਆਨੰਦ ਆਇਆ ਅੱਜ ਸਾਰਾ ਦਿਨ ਮੈਚ ਪੂਰੇ ਟੌਪ ਦੇ ਖੇਡੇ ਗਏ। ਵੈਨਕੂਵਰ ਦੇ ਵਿੱਚੋਂ ਹੈਪੀ ਨੂੰ ਫੋਨ ਆਇਆ, ਕਹਿੰਦਾ ਵੀ ਜਿਹੜਾ ਕੱਲਾ ਉਹਨਾਂ ਦੇ ਤਲਵੰਡੀ ਦਾ ਮੈਚ ਲੱਗਾ ਸੀ, ਇਹੋ ਜਿਹਾ ਮੈਚ ਕਹਿੰਦੇ ਵੀ ਕਿਤੇ ਕਿਤਾ ਹੀ ਦੇਖਣ ਨੂੰ ਮਿਲਦਾ। ਔਰ ਜਿਹੜੇ ਵੀਰ ਵੈਨਕੂਵਰ ਦੇ ਵਿੱਚ ਬੈਠੇ ਕਹਿੰਦੇ ਉਹਨਾਂ ਦਾ ਹਾਸ ਪਿੰਡ ਹੈ, ਵੈਨਕੂਵਰ ਦੇ ਵਿੱਚ ਬੈਠੇ ਹੈ, ਹਾਸ ਪਿੰਡ ਹੈ, ਆਪਣੇ ਨਗਰ ਦੇ ਵਿੱਚ ਉਹਨਾਂ ਦੀ ਰਿਸ਼ਤੇਦਾਰੀ ਹੈ। ਕਹਿੰਦੇ ਵੀ ਅਸੀਂ ਇਹੋ ਜਿਹਾ ਮੈਚ ਬੜੀ ਦੇਰ ਬਾਅਦ ਦੇਖਿਆ ਸੀ ਹਰਦਾਸੇ ਦਾ, ਤੇ ਪਹਿਲਾਂ ਕਿਤੇ ਕਹਿੰਦੇ ਵੀ ਜਿਹੜਾ ਦਿੜ੍ਹ ਦੇ ਵਾਲੇ ਖੁਸ਼ੀ ਦਾ ਮੈਚ ਖੇਡਿਆ ਗਿਆ ਸੀ, ਉਸ ਤੋਂ ਬਾਅਦ ਕਹਿੰਦੇ ਅੱਜ ਅਸੀਂ ਇਹ ਮੈਚ ਦੇਖਿਆ ਤੇ ਆਨੰਦ ਆ ਗਿਆ। ਸਲੀਣੇ ਸਾਰੇ ਨਗਰ ਨੂੰ ਕਹਿੰਦੇ ਵਧਾਈਆਂ ਦੇ ਦਿਓ ਵੀ ਇਕੱਲੇ ਇਕੱਲੇ ਦਰਸ਼ਕ ਨੇ ਜਿਹੜਾ ਇਹੋ ਜਿਹਾ ਆਨੰਦ ਮਾਣਿਆ। ਸਾਡੇ ਹਾਂਸਾ ਵਾਲੇ ਰੈਫਰੀ ਵੀਰ ਵੀ ਪੁੱਜੇ ਹੋਏ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਦੋਨੇ ਟੀਮਾਂ ਜਿਹੜੀਆਂ ਹੁਣ ਕਹਿੰਦੇ ਵੀ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਗਈਆਂ ਨੇ, ਇੱਕ ਪਾਸੇ ਡਗਰੂ ਦੀ ਟੀਮ ਹੈ ਤੇ ਦੂਜੇ ਪਾਸੇ ਕਹਿੰਦੇ ਵੀ ਤਲਵੰਡੀ ਭਾਈ ਦੀ ਟੀਮ ਹੈ। ਕਹਿੰਦੇ ਵੀ ਖੇਤੀਬਾੜੀ ਦੇ ਸੰਦਾਂ ਦੀ ਜਿਹੜੀ ਅਹਿਮੀਅਤ ਹੈ ਉਹ ਪੰਜਾਬ ਦਾ ਕਿਸਾਨ ਜਾਣਦਾ। ਉੱਥੇ ਟੌਪ ਦੇ ਖਿਡਾਰੀ ਵੀ ਕਹਿੰਦੇ ਤਲਵੰਡੀ ਦੀ ਧਰਤੀ ਨੇ ਪੈਦਾ ਕੀਤੇ ਨੇ। ਲਾਲੇ ਨੂੰ ਵੀ ਮੁਬਾਰਕਬਾਦ ਹੈ ਵੀ ਪੁੱਤ ਤੇ ਭਤੀਜੇ ਨੇ ਕਹਿੰਦੇ ਦੁਨੀਆ ਹਲਾਤੀ। ਨਾਲ ਕਹਿੰਦੇ ਵੀ ਦੂਜੇ ਪਾਸੇ ਸਰਪੰਚਾਂ ਦੇ ਮੁੰਡੇ ਆ, ਜੱਸੇ ਵਰਗੇ, ਠਾਣੇ ਵਰਗੇ, ਅਮਨਾ ਸਾਡਾ ਵੀਰ ਪੁੱਜਾ ਹੋਇਆ, ਨਾਲ ਨਿਰਭੈ ਵਰਗੇ ਤੇ ਰਾਣੀ ਵਲਾ ਵਾਲਾ ਤੋਤਾ ਕਹਿੰਦੇ ਮਾਝੇ ਦਾ ਮਜੈਲ ਹੈ, ਡਗਰੂ ਵਾਲਾ ਨੌਜਵਾਨ, ਜੱਸੇ ਦਾ ਵੀ ਕਹਿੰਦੇ ਮਾਨ ਸਨਮਾਨ ਕੀਤਾ ਜਾਣਾ, ਰਾਜੂ ਵਾਲੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਕਿਰਪਾ ਕਰਕੇ।
ਮੈਚ ਆਪਾਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਖੇਡ ਦੇ ਮੈਦਾਨ ਦੇ ਵਿੱਚ ਮੈਚ ਆਪਾਂ ਸ਼ੁਰੂ ਕਰਨ ਜਾ ਰਹੇ ਹੈ ਲਓ ਸਾਹਮਣੇ ਤਲਵੰਡੀ ਜੀ ਕਹਿੰਦੇ ਵੀ ਤਰਫੋ ਨੌਜਵਾਨ ਮੋਨਾ ਪੰਡੋਰੀ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਇੱਕ ਪਾਸੇ ਕਹਿੰਦੇ ਮੁੰਡਾ ਸਰਪੰਚ ਆਉਂਦਾ ਦੋ ਨੰਬਰ ਤੋਂ ਕਹਿੰਦੇ ਵੀ ਵੱਧ ਕੇ ਕੀਤੀ ਹੈ ਕੋਸ਼ਿਸ਼ ਲਓ ਸਾਹਮਣੇ ਪੁਆਇੰਟ ਜਿਹੜਾ ਤਲਵੰਡੀ ਭਾਈ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਤਲਵੰਡੀ ਭਾਈ ਦੀ ਟੀਮ ਦੇ ਹਿੱਸੇ ਨਾਲ ਤੋਤੇ ਦਾ ਤੇ ਅਮਲੇ ਦਾ ਵੀ ਮਾਨ ਸਨਮਾਨ ਕੀਤਾ ਜਾਣਾ ਸਾਡੇ ਵੀਰ ਕਹਿੰਦੇ ਲਓ ਸਾਹਮਣੇ ਸੁੱਖਾ ਪੋਟਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਇੱਕ ਪਾਸੇ ਕਹਿੰਦੇ ਵੀ ਰਮਨਾ ਤਲਵੰਡੀ ਦੀ ਧਰਤੀ ਦਾ ਲਓ ਸਾਹਮਣੇ ਹਲਕਾ ਫੁੱਲ ਵਰਗਾ ਟੱਚ ਤੇ ਪੁਆਇੰਟ ਜਿਹੜਾ ਕਹਿੰਦੇ ਵੀ ਨੌਜਵਾਨ ਡਗਰੂ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਜਿਵੇਂ ਸਿੱਪੀ ਦੇ ਵਿੱਚੋਂ ਪੈਦਾ ਹੋਣ ਮੋਤੀ ਜਿਵੇਂ ਚੱਲਣ ਗੱਲਾਂ ਕਿਤੇ ਰਣਦੀਆਂ ਨੇ ਜਦੋਂ ਜਾਬਰ ਕੋਈ ਜਨਤਾ ਤੇ ਜ਼ੁਲਮ ਕਰਦਾ ਉਦੋਂ ਵੀਰਾਂ ਦੀਆਂ ਤੇਗਾਂ ਤਣਦੀਆਂ ਨੇ ਇੱਕ ਇੱਕ ਲਾਲ ਤੋਂ ਲੱਖਾਂ ਦਾ ਹਾਰ ਬਣਦਾ ਕੌਮਾਂ ਨਾਲ ਕੁਰਬਾਨੀਆਂ ਦੇ ਬਣਦੀਆਂ ਨੇ ਸ਼ੇਰਲੀ ਦੇ ਬੱਚੇ ਤਾਂ ਮਿੱਤਰੋ ਕਈ ਹੁੰਦੇ ਪਰ ਬੱਬਰ ਸ਼ੇਰ ਪੋਤੇ ਕੀ ਸ਼ੀੜੀਆਂ ਜਾਂਦੀਆਂ ਨੇ ਸ਼ੇਰਲੀ ਦੇ ਬੱਚੇ ਤਾਂ ਮਿੱਤਰੋ ਕਈ ਹੁੰਦੇ ਸਾਡੇ ਨਵਦੀਪ ਡੀਸੀ ਤਲਵੰਡੀ ਵਾਲੇ ਵੀਰ ਨੈੱਟ ਦੇ ਜ਼ਰੀਏ ਮੈਚਾਂ ਦਾ ਆਨੰਦ ਮਾਣ ਰਹੇ ਨੇ ਤੇ ਨਾਲ ਮੁਬਾਰਕਾਂ ਭੇਜ ਰਹੇ ਹੈ ਇਸ ਕਬੱਡੀ ਕੰਮ ਦੀਆਂ ਜਗਦੇਵ ਸਿੰਘ ਜੀ ਫੌਜੀ ਸਾਹਿਬ ਤਲਵੰਡੀ ਵਾਲਾ ਨਵਦੀਪ ਡੀਸੀ ਬੈਠਾ ਤੇ ਵਧਾਈਆਂ ਦੇ ਰਿਹਾ ਤੁਹਾਨੂੰ ਸਾਰਿਆਂ ਨੂੰ ਨਾਲ ਸਾਡੇ ਸੂਬਾ ਸਿੰਘ ਜੀ ਗੈਲ ਸਾਹਿਬ ਬੈਠੇ ਹੈ ਕਹਿੰਦੇ ਵੀ ਪੂਰੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਤਾਂ ਸਾਹਮਣੇ ਨੌਜਵਾਨ ਕਹਿੰਦੇ ਵੀ ਇਸ ਵੇਲੇ ਤਲਵੰਡੀ ਵਾਲਾ ਵੱਧ ਕੇ ਕਰਦਾ ਕਿ ਲੋਕੋ ਪਿੰਡ ਮੁੰਡਿਆਂ ਦਾ ਤਲਵੰਡੀ ਜਿੱਤ ਦੀ ਕੱਢ ਦਿੰਦੇ ਨੇ ਝੰਡੀ ਪੂਰੀ ਪਾਉਂਦੇ ਖੁੱਤ ਬਈ ਇੱਕ ਲਾਲੇ ਦਾ ਭਤੀਜਾ ਦੂਜਾ ਪੁੱਤ ਬਈ ਮੁੰਡੇ ਲਾਲਾ ਜੱਫੇ ਲੈਂਦੇ ਮੇਲਾ ਲੁੱਟ ਬਈ ਮੁੰਡੇ ਲਾਲਾ ਜੱਫੇ ਲੈਂਦੇ ਮੇਲਾ ਲੁੱਟ ਬਈ ਤਾਂ ਸਾਹਮਣੇ ਬੀਤੇ ਦੀ ਪਾਈ ਹੋਈ ਕਬੱਡੀ ਹੈ ਗੁਰਦਿਆਲ ਸਿੰਘ ਦੇ ਪੋਤਰੇ ਦੀ ਕਬੱਡੀ ਹੈ ਕਹਿੰਦੇ ਵੀ ਪਹਿਲਾਂ ਬਾਗੀ ਨੇ ਦੁਨੀਆਂ ਹਿਲਾਈ ਹੈ ਜਸਵੰਤ ਸਿੰਘ ਜੀ ਸਰਪੰਚ ਸੱਦਾ ਸਿੰਘ ਵਾਲਾ ਕਹਿੰਦੇ ਵੀ ਡਗਰੂ ਦੀ ਧਰਤੀ ਤੇ ਜਾਫੀ ਜਿੰਨੇ ਜੱਫੇ ਲਾਉਣਗੇ ਉਹਨੇ 100-100 ਰੁਪਏ ਦਿੱਤੇ ਜਾਣਗੇ ਡਗਰੂ ਵਾਲੇ ਜਿੰਨੇ ਵੀ ਜਾਫੀ ਜੱਫੇ ਲਾਉਣਗੇ ਉਹਨੇ 100-100 ਰੁਪਏ ਦਿੱਤੇ ਜਾਣੇ ਆ ਜਸਵੰਤ ਸਿੰਘ ਜੀ ਸੱਦਾ ਸਿੰਘ ਵਾਲੇ ਸਰਪੰਚ ਸਾਹਿਬ ਐਲਾਨ ਕਰਦੇ ਆ ਇੱਕ ਕਹਿੰਦੇ ਵੀ ਜਸਵੰਤ ਸਿੰਘ ਜੀ ਸਰਪੰਚੀ ਸਾਹਮਣੇ ਬੈਠੇ ਆ ਪਿੰਡ ਦੀ ਤੇ ਸੂਬਾ ਸਿੰਘ ਜੀ ਕੈਲਗਰੀ ਦੇ ਵਿੱਚ ਸਫਲ ਬਿਜ਼ਨਸਮੈਨ ਹੈ ਲਓ ਵੋਟਰ ਵਾਲੇ ਸੁੱਖੇ ਦੀ ਕਬੱਡੀ ਹੈ ਹੁਣ ਸਾਹਮਣੇ ਚਾਰ ਜਾਫੀ ਹੈ ਇੱਕ ਪਾਸੇ ਕਹਿੰਦੇ ਵੀ ਨੌਜਵਾਨ ਬਿੱਲਾ ਗਗੜੇ ਦੀ ਧਰਤੀ ਦਾ ਮਾਲਵਾ ਕਬੱਡੀ ਕਲੱਬ ਮੋਗਾ ਦਾ ਕਹਿੰਦੇ ਸਿਰੇ ਦਾ ਜਾਫੀ ਹੈ ਲਓ ਸਾਹਮਣੇ ਤਲਵੰਡੀ ਵਾਲਾ ਕਹਿੰਦੇ ਵੀ ਲੱਤਾਂ ਦੇ ਵਿੱਚ ਵੜਦਾ ਤੇ ਵੋਟਰ ਵਾਲੇ ਸੁੱਖੇ ਨੂੰ ਕਹਿੰਦੇ ਕਬੱਡੀ ਦਾ ਤਜਰਬਾ ਬਹੁਤ ਹੈ ਕਿਉਂ ਡਾਕਟਰ ਸਾਹਿਬ ਸਵਾਦ ਆ ਰਿਹਾ ਅੱਜ ਕਹਿੰਦੇ ਵੀ ਵੱਡੀਆਂ ਰੌਣਕਾਂ ਨੇ ਚਾਰ ਚਫੇਰੇ ਇਕੱਠ ਦੇਖੋ ਅੱਜ ਸਤਨਾਮ ਸਿੰਘ ਜੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਸਾਡੇ ਡਾਕਟਰ ਹਰਜੀਤ ਸਿੰਘ ਜੀ ਯਾਦ ਕਰਦੇ ਆ ਜਗਿੰਦਰ ਸਿੰਘ ਜੀ ਦੇ ਸਪੁੱਤਰ ਹੈ ਸਤਨਾਮ ਸਿੰਘ ਜੀ ਉਹ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਉਹ ਜਿਹੜੀ ਰੂਹ ਸਾਥੋਂ ਵਿਛੜ ਚੁੱਕੀ ਹੈ ਜਗਿੰਦਰ ਸਿੰਘ ਜੀ ਖਾਲਸਾ ਔਰ ਬੇਸ਼ੱਕ ਕੁਝ ਜਸਮਾਨੀ ਤੌਰ ਤੇ ਸਾਡੇ ਵਿੱਚ ਨਹੀਂ ਉਹਨਾਂ ਦੀਆਂ ਯਾਦਾਂ ਸਾਡੇ ਅੰਗ ਸੰਗ ਹੈ ਔਰ ਪ੍ਰਮਾਤਮਾ ਜਿਹੜਾ ਬਲ ਬਖਸ਼ੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਿਹੜੀ ਨਿਵਾਸ ਦੇਵੇ ਥਾਂ ਦੇਵੇ ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਦੌਦਰ ਵਾਲਾ ਕਬੱਡੀ ਪਾ ਰਿਹਾ ਸੂਬਾ ਸਿੰਘ ਜੀ ਮੋਗੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ ਦੌਦਰ ਕਹਿੰਦੇ ਵੀ ਬੱਧਨੀ ਕਲਾਂ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਰਹੰਦ ਨਹਿਰ ਦੇ ਪੈਰਾਂ 'ਚ ਵਸਿਆ ਹੋਇਆ ਪਿੰਡ ਦੌਦਰ ਹੈ ਤੇ ਰਾਣਾ ਕਹਿੰਦੇ ਕੈਨੇਡਾ ਦੇ ਵਿੱਚ ਰਹਿੰਦਾ ਗੁਰਪ੍ਰੀਤ ਦੀ ਵੱਡੀ ਦੇਣ ਹੈ ਲਓ ਸਾਹਮਣੇ ਨੌਜਵਾਨ ਗੁੱਗੂ ਦੌਦਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੁਣ ਚਾਰ ਜਾਫੀ ਹੈ ਕੌਣ ਚਾਰਾਂ ਦੇ ਵਿੱਚੋਂ ਵੱਧ ਕੇ ਬੱਲੇ ਬੱਲੇ ਕਰਵਾਊ ਲਓ ਸਾਹਮਣੇ ਕਹਿੰਦੇ ਵੀ ਗਗਨੇ ਦੇ ਨਾਲ ਹਲਕਾ ਟੱਚ ਹੈ ਤੇ ਪੁਆਇੰਟ ਜਿਹੜਾ ਗੁੱਗੂ ਨੌਜਵਾਨ ਆਪਣੀ ਟੀਮ ਲਈ ਜੋੜਦਾ ਹੋਇਆ ਗੁੱਗੂ ਦੌਦਰ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਹੀਰਾ ਕਬੱਡੀ ਪਾ ਰਿਹਾ ਸਾਹਮਣੇ ਕਹਿੰਦੇ ਵੀ ਤਲਵੰਡੀ ਵਾਲੇ ਹੀਰੇ ਦੀ ਪਾਈ ਹੋਈ ਕਬੱਡੀ ਇੱਕ ਪਾਸੇ ਕਹਿੰਦੇ ਵੀ ਸਰਪੰਚਾਂ ਦਾ ਮੁੰਡਾ ਦੂਜੇ ਪਾਸੇ
ਤੇ ਕਹਿੰਦੇ ਮੇਰਾ ਭੈ ਆ ਤੇ 2 ਨੰਬਰ ਤੇ ਕਹਿੰਦੇ ਮੁੰਡਾ ਮਾਝੇ ਦੇ ਵਿੱਚੋਂ ਫੜ ਕੇ ਲਿਆਂਦਾ ਹੈ। ਆਪਾਂ ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਆ ਕਹਿੰਦੇ ਮਾਝੇ ਦਾ ਮਜਾਲ ਹੈ, ਰਾਣੀ ਵਾਲਾ ਪਿੰਡ ਹੈ, ਚੋਲਾ ਸਾਹਿਬ ਦੇ ਲਾਗੇ ਹੈ, ਤਹਿਸੀਲ ਪੱਟੀ ਹੈ, ਜ਼ਿਲ੍ਹਾ ਤਰਨ ਤਾਰਨ ਹੈ। ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਮਾਝੇ ਦਾ ਮਜਾਲ ਬੜਿੰਗਵਾਲ ਪਾ ਕੇ ਰਹਿ ਗਿਆ ਕਿ ਜੱਟਾਂ ਦੇ ਪੁੱਤ ਪਤੰਦਰ ਬਣੇ ਸੀ ਖੜੇ ਸਿਕੰਦਰ ਤੇ ਧੱਕੇ ਨਾਲ ਲੈ ਗਏ ਅੰਦਰ। ਪੁਆਇੰਟ ਕਹਿੰਦੇ ਜਾਫੀਆਂ ਦਾ ਹੈ। ਲਓ ਸਾਹਮਣੇ ਸੁੱਖਾ ਬੋਟਰ ਦੀ ਧਰਤੀ ਦਾ ਕਬੱਡੀ ਮਾਰਿਆ ਖੇਡ ਦੇ ਮੈਦਾਨ ਦੇ ਵਿੱਚ ਨਾਲ ਸੂਬਾ ਸਿੰਘ ਜੀ ਗੱਲ ਕਹਿੰਦੇ ਵੀ ਗੀਜਾ ਗੀਜਿਆਂ ਦੇ ਵਿੱਚ ਨੋਟ ਟੁੱਡਾ ਮਾਰਦੇ ਆ। ਡਗਰੂ ਵਾਲੇ ਜਿੰਨੇ ਜੱਫੇ ਲਾਉਣਗੇ, ਜਸਵੰਤ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਉਹਨਾਂ ਦੇ ਛੋਟੇ ਵੀਰ ਸੂਬਾ ਸਿੰਘ ਜੀ ਗੱਲ ਕਹਿਲਗਰੀ ਵਾਲੇ 100 ਰੁਪਈਆ ਭੇਜਦੇ ਆ। ਜਿੰਨੇ ਵੀ ਜੱਫੇ ਲਾਓਗੇ ਉਹਨੇ 100-100 ਦਿੱਤੇ ਜਾਣੇ ਆ। ਡਗਰੂ ਵਾਲਿਓ ਜਿੰਨੇ ਵੀ ਜੱਫੇ ਲਾਓਗੇ ਉਹਨੇ 100-100 ਦਿੱਤੇ ਜਾਣੇ ਆ। ਬੀਤਾ ਖੋਸਾ ਰਣਧੀਰ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਕਹਿੰਦੇ ਵੀ ਪਹਿਲਾਂ ਕੁਲਵੀਰ ਸਿੰਘ ਜੀ ਮਾਸਟਰ ਉਹਨਾਂ ਨੇ ਆਹ ਨੌਜਵਾਨ ਖਿਡਾਰੀ ਨੂੰ ਤਿਆਰ ਕੀਤਾ ਸੀ, ਖੋ ਖੋ ਕਹਿੰਦੇ ਟੌਪ ਦੀ ਖੇਡੀ ਹੈ। ਸਰਬਜੀਤ ਸਿੰਘ ਹੋਣਿਆਂ ਨੇ ਕਹਿੰਦੇ ਵੀ ਮਾਸਟਰ ਗੁਰਚਰਨ ਸਿੰਘ ਹੋਣਿਆਂ ਨੇ, ਮਾਸਟਰ ਕੁਲਵੀਰ ਸਿੰਘ ਜੀ ਸਲੀਣੇ ਵਾਲਿਆਂ ਨੇ ਕਹਿੰਦੇ ਵੀ ਪਹਿਲਾਂ ਖੋ ਖੋ ਖਿਡਾਈ ਇਸ ਨੌਜਵਾਨ ਨੂੰ ਤੇ ਫਿਰ ਕਹਿੰਦੇ ਚਿੜਕ ਵਾਲੇ ਮੱਖਣ ਦੀ ਨਿਗਾਹ ਚੜ ਗਿਆ ਕਿ ਮੱਖਣ ਚਿੜਕ ਵੀਰੂ ਸੇਵੀ ਤੇ ਘੋਲੀਏ ਵਾਲਾ ਗੇਲਾ। ਬਲਦੇਵ ਸਿੰਘ ਜੀ ਜਾਫੀ ਦੇ ਲਈ 100 ਰੁਪਈਆ ਭੇਜਦੇ ਆਪਾਂ, ਅਮਣੇ ਦੇ ਲਈ 100 ਰੁਪਈਆ ਭੇਜਦੇ ਬਲਦੇਵ ਸਿੰਘ ਜੀ, ਆਪਾਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਨੌਜਵਾਨ ਗੁੱਗੂ ਕਹਿੰਦੇ ਵੀ ਦੋਧਰ ਵਾਲਾ ਕਬੱਡੀ ਪਾ ਰਿਹਾ, ਬੀਤੇ ਦੇ ਲਈ 100 ਰੁਪਈਆ ਮਾਸਟਰ ਕੁਲਵੀਰ ਸਿੰਘ ਜੀ ਸਲੀਣੇ ਵਾਲੇ ਭੇਜਦੇ ਆ ਕਿਉਂਕਿ ਇਹਨਾਂ ਕੋਲੇ ਪੜ੍ਹੇ, ਇਹਨਾਂ ਕੋਲੇ ਲਿਖੇ ਆ, ਜਿਹੜੀਆਂ ਬਰੀਕੀਆਂ ਇਹਨਾਂ ਨੇ ਦੱਸੀਆਂ ਸੀ। ਲਓ ਸਾਹਮਣੇ ਗੁੱਗੂ ਦੋਧਰ ਵਾਲਾ ਕਹਿੰਦੇ ਵੀ ਕਬੱਡੀ ਪਾ ਰਿਹਾ ਤੇ ਸਾਹਮਣੇ ਨੌਜਵਾਨ ਕਹਿੰਦੇ ਵੀ ਬਿੱਲਾ ਗਗੜੇ ਦੀ ਧਰਤੀ ਦਾ ਲਾ ਤਕੜਾ ਜੱਸਾ ਬੱਲੇ ਬੱਲੇ ਕਰਵਾਉਂਦਾ ਆਪਣੀ ਟੀਮ ਦੇ ਲਈ, ਲੋਹਾਰੇ ਦੇ ਕਬੱਡੀ ਕੱਪ ਦਾ ਕਹਿੰਦੇ ਬੈਸਟ ਜਾਫੀ ਹੈ ਬਿੱਲਾ ਗਗੜੇ ਵਾਲਾ, ਅਕੈਡਮੀਆਂ ਦੇ ਮੈਚ ਹੋਏ ਤੇ ਕਹਿੰਦੇ ਸਿਰੇ ਦੇ ਜੱਫੇ ਲਾਏ ਗਗੜੇ ਵਾਲੇ ਬਿੱਲੇ ਨੇ ਤੇ ਕਹਿੰਦੇ ਵੀ ਲੋਹਾਰੇ ਦੇ ਕਬੱਡੀ ਕੰਮ ਦਾ ਬੈਸਟ ਜਾਫੀ ਹੈ। ਬਲਜੀਤ ਸਿੰਘ ਨਾਮ ਰੱਖਿਆ ਲੋਕਾਂ ਨੇ, ਕੋਈ ਬਿੱਲਾ ਆਖਦਾ, ਕੋਈ ਬੀਤਾ ਆਖਦਾ, ਅਮਨਦੀਪ ਮੋਨਾ ਪੰਡੋਰੀ ਵਾਲਾ ਕਬੱਡੀ ਪਾ ਰਿਹਾ, ਹੁਣ 4 ਜਾਫੀ ਇੱਕ ਪਾਸੇ, ਕਹਿੰਦੇ ਵੀ ਰਾਣੀ ਬਲਾ ਵਾਲਾ ਹੈ। ਲਓ ਸਾਹਮਣੇ ਕਹਿੰਦੇ ਵੀ ਗੁਰਸੇਵਕ ਸਿੰਘ ਨਾਮ ਹੈ ਤੇ ਮਾਤਾ ਦੀ ਪਿਆਰ ਨਾਲ ਤੋਤਾ ਤੋਤਾ ਕਹਿੰਦੀ ਹੈ, ਪਿੰਡ ਰਾਣੀ ਬਲਾ ਹੈ। ਲਓ ਸਾਹਮਣੇ ਹੁਣ ਦੇਖਦੇ ਹਾਂ ਵੀ ਨੌਜਵਾਨ ਅਮਨਾ ਬਹੁਤ ਸੋਹਣੇ ਪੁਆਇੰਟ ਦਾ ਵਾਅਦਾ ਕਰ ਗਿਆ, ਸੁੱਖਾ ਬੋਟਰ ਦੀ ਧਰਤੀ ਦਾ ਕਹਿੰਦੇ ਵੀ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸੁੱਖਾ ਬੋਟਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਗੱਭਰੂ, ਹੁਣ 4 ਜਾਫੀ ਹੈ, ਕਹਿੰਦੇ ਵੀ ਟੌਪ ਦੀਆਂ 4 ਕੰਡੀਆਂ ਨੇ ਤੇ ਨੌਜਵਾਨ ਕਹਿੰਦੇ ਵੀ ਗਗਨਾ ਤਲਵੰਡੀ ਵਾਲਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਇਸ ਵੇਲੇ ਬੋਟਰ ਵਾਲਾ ਸੁੱਖਾ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਹੀਰਾ ਤਲਵੰਡੀ ਵਾਲਾ ਕਬੱਡੀ ਪਾ ਰਿਹਾ, ਸਾਹਮਣੇ ਦੇਖਦੇ ਵੀ ਤਲਵੰਡੀ ਵਾਲੇ ਹੀਰੇ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ 4 ਜਾਫੀ, ਇੱਕ ਪਾਸੇ ਕਹਿੰਦੇ ਸਰਪੰਚਾਂ ਦਾ ਪੁੱਤ ਹੈ, ਦੂਜੇ ਪਾਸੇ ਕਹਿੰਦੇ ਮੁੰਡਾ ਨਿਰਭੈ ਸਿੰਘ ਹੈ। ਲਓ ਨਾਲ ਕਹਿੰਦੇ ਵੀ ਰਾਣੀ ਵਲਾਹ ਪਿੰਡ ਦਾ ਤੋਤਾ ਹੈ ਤੇ ਜੱਸਾ ਵੀਰ ਵੀ ਪੁੱਜਾ ਹੋਇਆ ਥਾਣੇ ਵਰਗੇ, ਰਾਜੂ ਵਰਗੇ ਕਹਿੰਦੇ ਸਿਰੇ ਦੇ ਫਲੇਰ ਹੈ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਅਮਣਾ ਕਹਿੰਦੇ ਮੁੰਡਾ ਸਰਪੰਚਾਂ ਦਾ ਹੈ, ਦੂਜੇ ਪਾਸੇ ਕਹਿੰਦੇ ਵੀ ਨੌਜਵਾਨ ਹੀਰਾ ਤਲਵੰਡੀ ਵਾਲਾ। ਲਓ ਸਾਹਮਣੇ ਕਹਿੰਦੇ ਗੱਲ ਕਸੂਤੀ ਬਣ ਗਈ, ਚੱਕੇ ਜਾਮ ਕਰ ਦਿੱਤੇ ਨੇ ਤੇ ਮੁੰਡਾ ਕਹਿੰਦੇ ਖਿੱਚੀ ਆਉਂਦਾ। 100 ਰੁਪਈਆ ਅਮਣੇ ਦੇ ਲਈ ਜਸਵੰਤ ਸਿੰਘ ਜੀ, ਸਰਪੰਚ ਸੱਦਾ ਸਿੰਘ ਵਾਲੇ, ਸੂਬਾ ਸਿੰਘ ਜੀ ਗੱਲ ਕਹਿਲਗਰੀ ਵਾਲੇ, ਆਪਾਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਗੁੱਗੂ ਦੋਧਰ ਵਾਲਾ ਕਹਿੰਦੇ ਵੀ ਕਬੱਡੀ ਪਾ ਰਿਹਾ, ਗੁੱਗੂ ਦੋਧਰ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। 4 ਜਾਫੀ, ਇੱਕ ਪਾਸੇ ਕਹਿੰਦੇ ਵੀ ਤਲਵੰਡੀ ਵਾਲੇ ਲਾਲੇ ਦਾ ਭਤੀਜਾ, ਇੱਕ ਪਾਸੇ ਕਹਿੰਦੇ ਪੁੱਤ ਹੈ ਤੇ 2 ਨੰਬਰ ਤੇ ਮੁੰਡਾ ਕਹਿੰਦੇ ਗਗੜੇ ਵਾਲਾ, ਆਪਣੀ ਟੀਮ ਦਾ ਹਿੱਸਾ ਬਣਾ ਲਿਆ ਤਲਵੰਡੀ ਵਾਲਿਆਂ ਨੇ ਕਿਉਂਕਿ ਗਗੜੇ ਵਾਲਾ ਕਹਿੰਦੇ ਵੀ ਬਿੱਲਾ ਸਿਰੇ ਦਾ ਜਾਫੀ ਹੈ। ਲਓ ਸਾਹਮਣੇ ਹੁਣ ਅਗਲੀ ਕਬੱਡੀ ਕਹਿੰਦੇ ਵੀ ਕੌਣ ਹੈ, ਖੋਸਾ ਰਣਧੀਰ ਵਾਲੇ ਕਹਿੰਦੇ ਦਰਸ਼ਨ ਸਿੰਘ ਤੂੰ
ਸੂਰ ਦਾ ਸਪੁੱਤਰ ਹੈ, ਬਾਘੇ ਦਾ ਵੀਰ ਹੈ ਤੇ ਕਾਲੇ ਵਰਗੇ ਕਹਿੰਦੇ ਮਾਣ ਮਹਿਸੂਸ ਕਰਦੇ ਆ। ਇਸ ਨੌਜਵਾਨ ਖਿਡਾਰੀ ਤੇ 200 ਰੁਪਈਆ ਦੇਣਗੇ, ਜੇ ਅਮਣਾ ਤੇ ਨੌਜਵਾਨ ਕਹਿੰਦੇ ਵੀ ਤੋਤਾ ਜੱਸਾ ਲਾਉਣਗੇ ਤੇ ਸਾਡੇ ਸੂਬਾ ਸਿੰਘ ਜੀ ਗੱਲ ਕਹਿੰਦੇ 200 ਰੁਪਈਆ ਦੇਵਾਂਗੇ, ਜੇ ਕੋਈ ਵੀ ਜਾਫੀ ਜੱਸਾ ਲਾਓ 200 ਰੁਪਈਆ ਚਾਰਾਂ ਜਾਫੀਆਂ ਦੇ ਲਈ। ਲਓ ਸਾਹਮਣੇ ਹੁਣ 200 ਦੇ ਨਾਂ ਨੂੰ ਤੇ ਬਿੱਲੀ ਘੜੀਸੇ ਕਾਂ ਨੂੰ ਨਹੀਂ ਰੀਸੇ। ਪ੍ਰੋਵਾਈਡ ਕਹਿੰਦੇ ਵੀ ਬੀਤਾ ਖੋਸਾ ਰਣਧੀਰ ਵਾਲਾ ਮੁੰਡਾ ਹਨੇਰੀ ਹੈ, ਸੋਢੀ ਸਾਹਿਬ ਕਹਿੰਦੇ ਪੂਰੇ ਖੁਸ਼ ਹੈ, ਨਾਲ ਕਹਿੰਦੇ ਵੀ ਸਾਡੇ ਵੀਰ ਜੱਸੇ ਹੋਣੀ, ਪ੍ਰਧਾਨ ਸਾਹਿਬ ਕਹਿੰਦੇ ਵੀ ਹਾਸਾ ਹੱਸਦੇ ਆ, ਹੁਣ ਕਹਿੰਦੇ ਸਵਾਦ ਆ ਰਿਹਾ ਇੱਕ ਇੱਕ ਕਬੱਡੀ ਦਾ। ਲਓ ਸਾਹਮਣੇ ਸੁੱਖਾ ਬੋਟਰ ਵਾਲਾ ਕਹਿੰਦੇ ਕਬੱਡੀ ਪਾ ਰਿਹਾ, ਤਲਵੰਡੀ ਵਾਲਾ ਰਾਵਣਾ ਕਰਦਾ ਕੋਸ਼ਿਸ਼, ਨਾਲ ਹੀ ਵੱਡੇ ਮਾਨ ਸਨਮਾਨ ਭੇਜੇ ਆ ਸਾਡੇ ਬਲਦੇਵ ਸਿੰਘ ਜੀ, ਕਹਿੰਦੇ ਵੀ ਬੜੀ ਸਤਿਕਾਰਯੋਗ ਸ਼ਖਸੀਅਤ ਹੈ, ਵੱਡੇ ਮਾਨ ਸਨਮਾਨ ਭੇਜ ਗਏ ਨੇ, ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਪਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ। ਲਓ ਸਾਹਮਣੇ ਅਮਨਦੀਪ ਸਿੰਘ ਮੋਨਾ ਕਹਿੰਦੇ ਵੀ ਪੰਡੋਰੀ ਵਾਲਾ ਕਬੱਡੀ ਪਾ ਰਿਹਾ, ਕਿ ਹੋਵੇ ਠੰਡ ਕੜਾਕੇ ਦੀ ਜਾਂ ਲੂਹਾ ਗਰਮੀ ਦਾ, ਕੁੱਝ ਕਰਨ ਦੀ ਖਾਤਰ ਡੰਡ ਬੈਠਕਾ ਕੱਢਣੇ ਪੈਂਦੇ ਨੇ, ਦਿਲ ਵਿੱਚ ਹੋਵੇ ਜਜ਼ਬਾ ਜੇ ਕੁੱਝ ਕਰਕੇ ਦੱਸਣ ਦਾ, ਸੁੱਖ ਆਰਾਮ ਨੀਂਦ ਬਿਸਤਰੇ ਛੱਡਣੇ ਪੈਂਦੇ ਨੇ, ਦਿਲ ਵਿੱਚ ਹੋਵੇ ਜਜ਼ਬਾ ਜੇ ਕੁੱਝ ਕਰਕੇ ਦੱਸਣ ਦਾ, ਸੁੱਖ ਆਰਾਮ ਨੀਂਦ ਬਿਸਤਰੇ ਛੱਡਣੇ ਪੈਂਦੇ ਨੇ। ਵਾਕਈ ਕਹਿੰਦੇ ਵੀ ਕੱਚੀਆਂ ਨੀਂਦਾਂ ਦੇ ਵਿੱਚ ਉੱਠਣਾ ਪੈਂਦਾ, ਜੇਠ ਹਾੜ ਦੇ ਵਿੱਚ ਮਿਹਨਤ ਲਾਉਣੀ ਪੈਂਦੀ ਹੈ, ਫਿਰ ਡਾਕਟਰ ਸਾਹਿਬ ਸਰੀਰ ਹੈ ਜਿਹੜੀ ਜਾਨ ਹੈ ਉਹ ਜਵਾਈਆਂ ਵਾਂਗੂ ਸਾਂਭਣੀ ਪੈਂਦੀ ਹੈ, ਫਿਰ ਦੁਨੀਆਂ ਸਲਾਮਾਂ ਕਰਦੀ ਹੈ, ਲੋਕ ਸਰਨਾਵੇਂ ਪੁੱਛਦੇ ਹੈ, ਗੁੱਗੂ ਕਬੱਡੀ ਪਾ ਰਿਹਾ। ਸਾਹਮਣੇ ਦੌਦਰ ਵਾਲੇ ਕਹਿੰਦੇ ਵੀ ਗੁੱਗੂ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਹੈ, ਇੱਕ ਪਾਸੇ ਕਹਿੰਦੇ ਵੀ ਤਲਵੰਡੀ ਵਾਲਾ ਰਮਣਾ ਹੈ ਤੇ ਦੂਜੇ ਪਾਸੇ ਕਹਿੰਦੇ ਵੀ ਕੀਰ ਦੀ ਕੰਧ ਹੈ। ਲਓ ਗਗਨਾ ਕਹਿੰਦੇ ਵੀ ਤਲਵੰਡੀ ਵਾਲਾ ਇਹ ਸਰੀਰ ਸਾਂਭਲੇ ਮੁੰਡਿਆਂ ਨੇ, ਮਾਪਿਆਂ ਦੀਆਂ ਗੱਲਾਂ ਮੰਨੀਆਂ, ਸਿਰੇ ਦੇ ਜਾਫੀ ਬਣ ਕੇ ਮਿੱਤਰੋ ਟੌਪ ਦੀਆਂ ਨੇ ਕੰਦੀਆਂ, ਦਾ ਪੇਚ ਲਾ ਕੇ ਰਮਣਾ ਲੱਤਾਂ ਦੇ ਵਿੱਚ ਵੜ ਜਾਂਦਾ, ਫਿਰ ਸੂਤ ਹਿੱਲਣ ਨਹੀਂ ਦਿੰਦਾ, ਗਗਨਾ ਜਦ ਵੀ ਮੂਹਰੇ ਖੜ ਜਾਂਦਾ, ਫਿਰ ਸੂਤ ਹਿੱਲਣ ਨਹੀਂ ਦਿੰਦਾ, ਗਗਨਾ ਜਦ ਵੀ ਮੂਹਰੇ ਖੜ ਜਾਂਦਾ। ਕਹਿੰਦੇ ਵੀ 100 ਰੁਪਈਆ 200 ਰੁਪਈਆ ਦਿੱਤਾ ਜਾਣਾ। ਜਸਵੰਤ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ 200 ਰੁਪਈਆ ਦੇਣਾ ਜੇ ਡਗਰੂ ਵਾਲਾ ਹੁਣ ਕੋਈ ਜਾਫੀ ਜਾਫਾ ਲਾਊ। ਲਓ ਚਾਰ ਜਾਫੀ ਹੈ, ਸੱਦਾ ਸਿੰਘ ਵਾਲਾ ਪਿੰਡ ਹੈ, ਇੱਕ ਨੇ ਕਹਿੰਦੇ ਪਿੰਡ ਦੀ ਸਰਪੰਚ ਹੀ ਸਾਂਭੀ ਹੈ ਤੇ ਇੱਕ ਸੂਬਾ ਸਿੰਘ ਜੀ ਕਹਿੰਦੇ ਕੈਨੇਡਾ ਦੇ ਸਫਲ ਬਿਜ਼ਨਸਮੈਨ ਹੈ, ਦੋਨੇ ਸਕੇ ਭਰਾ ਹੈ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਸੁੱਖਾ ਬੋਟਰ ਵਾਲਾ ਕਬੱਡੀ ਪਾ ਰਿਹਾ, ਪ੍ਰਧਾਨ ਸਾਹਿਬ ਸਵਾਦ ਆ ਰਿਹਾ ਤੇ ਹੱਥ ਖੜਾ ਕਰਕੇ ਦੱਸੋ, ਇਹ ਨਜ਼ਾਰਾ ਆ ਰਿਹਾ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ, ਦਰਸ਼ਕਾਂ ਨੂੰ ਬੇਨਤੀ ਜੇ ਮੈਚਾਂ ਦਾ ਆਨੰਦ ਆ ਰਿਹਾ, ਜ਼ੋਰਦਾਰ ਤਾੜੀ ਮਾਰੋ ਕਿਉਂਕਿ ਵੱਡੀਆਂ ਰੌਣਕਾਂ ਲੱਗੀਆਂ ਨੇ ਅੱਜ ਸਲੀਰੇ ਦੀ ਧਰਤੀ ਤੇ। ਇਸ ਮੈਚ ਤੋਂ ਬਾਅਦ ਬਲਦੇਵ ਲੱਲੇ ਜੀ, ਲਾਲਾ ਤਲਵੰਡੀ ਜੀ, ਅਮਣਾ ਡਗਰੂ, ਤੋਤਾ ਰਾਣੀ ਵਾਲਾ, ਬਲਦੇਵ ਬਰਾੜ ਜੀ ਉਹਨਾਂ ਵੱਲੋਂ ਹੈ, ਡਾਕਟਰ ਹਰਜੀਤ ਜੀ, ਸਵਰਗ ਵਾਸੀ ਜਗਿੰਦਰ ਸਿੰਘ ਜੀ ਖਾਲਸਾ, ਉਹਨਾਂ ਦੇ ਪਰਿਵਾਰ ਦੇ ਵੀ ਵੱਡੇ ਸਹਿਯੋਗ ਹੈ, ਆਪਾਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ। ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਇਸ ਵੇਲੇ ਕਹਿੰਦੇ ਵੀ ਆਵਣਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ, ਕਿ ਰੋੜਿਆ ਤੋਂ ਯਾਰੋ ਅੱਜ ਰੋਜਰ ਚ ਵਾੜਤੀ, ਪ੍ਰਵਾਸੀ ਪੰਜਾਬੀਆਂ ਨੇ ਕਰ ਮਿਹਨਤ ਇਹਦੀ ਗੁੱਡੀ ਅੰਬਰਾਂ ਚ ਚਾੜਤੀ, ਸੁੱਖੀ ਸਾਂਦੀ ਵਸਨ ਪੰਜਾਬੀ ਦਲੇਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ। ਲਓ ਸਾਹਮਣੇ ਹੁਣ ਚਾਰ ਜਾਫੀ ਹੈ, ਇੱਕ ਪਾਸੇ ਕਹਿੰਦੇ ਵੀ ਨੌਜਵਾਨ ਰਮਣਾ ਤਲਵੰਡੀ ਵਾਲਾ, ਦੂਜੇ ਪਾਸੇ ਕਹਿੰਦੇ ਗਗਨਾ ਚੀਨ ਦੀ ਕੰਧ ਹੈ, ਦੋ ਨੰਬਰ ਤੇ ਕਹਿੰਦੇ ਵੀ ਬਿੱਲਾ ਸਿਰੇ ਦਾ ਜਾਫੀ ਹੈ। ਲਓ ਸਾਹਮਣੇ ਹੁਣ ਦੇਖਾਂਗੇ ਵੀ ਕੌਣ
ਬੱਲੇ ਬੱਲੇ ਕਰਵਾਊ। ਲਓ ਸਾਹਮਣੇ ਕਹਿੰਦੇ ਵੀ ਰਮਣਾ ਨੌਜਵਾਨ ਦਾ ਪੇਜ ਜੇ ਲਾ ਕੇ ਕਹਿੰਦੇ ਲੱਤੀ ਵੜ ਜਾਂਦਾ ਫਿਰ ਸੂਤ ਹਿੱਲਣ ਨਹੀਂ ਦਿੰਦਾ, ਗਗਨਾ ਮੂਰੇ ਖੜ ਜਾਂਦਾ, ਦੇਖ ਨਜ਼ਾਰਾ ਕੋਸੇ ਕੋਟਲੇ ਵਾਲਿਆ ਲੋਕਾਂ ਨੂੰ ਚਾਹ ਜਾ ਚੜ ਜਾਂਦਾ, ਤਾੜੀਆਂ ਦੇ ਨਾਲ ਬੁੱਲ ਪਾਉਂਦੇ ਨੇ ਸ਼ੌਂਕ ਨਿਰਾਲੇ ਦਾ, ਪੁੱਤ ਭਤੀਜਾ ਜੱਫੇ ਲਾਉਂਦੇ ਤੇ ਖੂਨ ਵੱਧ ਜਾਂਦਾ ਲਾਲੇ ਦਾ, ਪੁੱਤ ਭਤੀਜਾ ਜੱਫੇ ਲਾਉਂਦੇ ਤੇ ਖੂਨ ਵੱਧ ਜਾਂਦਾ ਲਾਲੇ ਦਾ। ਵਾਕਈ ਕਹਿੰਦੇ ਵੀ ਫਾਦਰ ਸਾਹਿਬ ਦਾ ਖੂਨ ਵੱਧ ਜਾਂਦਾ ਜਦੋਂ ਪੁੱਤ ਜੱਫੇ ਲਾਉਂਦੇ ਹੈ। ਅਗਲੀ ਕਬੱਡੀ ਹੁਣ ਕੌਣ ਪਾਊ ਇਹ ਤੇ ਸਮੇਂ ਨੇ ਦੱਸਣਾ। ਅਗਲੀ ਕਬੱਡੀ ਜੀਤਾ ਖੋਸਾ ਰਣਧੀਰ ਵਾਲਾ ਕਹਿੰਦੇ ਵੀ ਮੁੰਡਾ ਕਬੱਡੀ ਪਾ ਰਿਹਾ। ਲੈ ਵੀ ਪੀਤਿਆ 500 ਰੁਪਈਆ ਕਬੱਡੀ ਦੇ ਉੱਪਰ ਲੱਗ ਗਿਆ 500 ਰੁਪਈਆ। ਜਿਹੜਾ ਬੀਤੇ ਨੂੰ ਜੱਫਾ ਲਾਊ 500 ਰੁਪਈਆ ਦਿੱਤਾ ਜਾਣਾ, ਜਿਹੜਾ ਬੀਤੇ ਨੂੰ ਜੱਫਾ ਲਾਊ। ਲਓ ਸਾਹਮਣੇ ਕਹਿੰਦੇ ਵੀ 500 ਦਾ ਨੋਟ ਹੈ, ਨਹੀਂ ਰੀਸ ਕਮਲੇ ਉਹਦੇ ਨਾਲ ਤਾਂ 250-250 ਕਰ ਲੈਂਦੇ। ਵਾਹ ਨੌਜਵਾਨ। ਲਓ ਸਾਹਮਣੇ ਦੇਖਦੇ ਹਾਂ ਵੀ ਸੁੱਖਾ ਵੋਟਰ ਵਾਲਾ ਕਬੱਡੀ ਪਾ ਰਿਹਾ। ਸਾਹਮਣੇ ਕਹਿੰਦੇ ਵੀ ਵੋਟਰ ਵਾਲੇ ਸੁੱਖੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਕਹਿੰਦੇ ਵੀ ਇੱਕ ਪਾਸੇ ਬਿੱਲਾ ਗਗੜੇ ਦੀ ਧਰਤੀ ਦਾ, ਦੂਜੇ ਪਾਸੇ ਕਹਿੰਦੇ ਵੀ ਰਮਣਾ ਸਿਰੇ ਦਾ ਜਾਫੀ ਹੈ, ਦੋ ਨੰਬਰ ਤੇ ਕਹਿੰਦੇ ਵੀ ਚੀਨ ਦੀ ਕੰਧ ਕਹਿੰਦੇ ਆ ਗਗਣਾ ਤਲਵੰਡੀ ਵਾਲਾ। ਹੁਣ ਸਾਹਮਣੇ ਆਹ ਮੁੰਡੇ ਦੀ ਮੈਂ ਗੱਲ ਕੀਤੀ ਸੀ, ਕਹਿੰਦੇ ਵੀ ਜਦੋਂ ਮੂਹਰੇ ਖੜ ਜਾਂਦਾ ਤੇ ਸੂਤ ਨਹੀਂ ਹਿੱਲਣ ਦਿੰਦਾ। ਲਓ ਸਾਹਮਣੇ ਕਹਿੰਦੇ ਵੀ ਜਿੱਥੇ ਤਲਵੰਡੀ ਭਾਈ ਦੇ ਵਿੱਚ ਸੰਦ ਇੱਥੇ ਰੱਖ, ਸਵਾਦ ਆ ਗਿਆ ਜਿਹਨੇ ਛਾਲ ਮਾਰੀ ਤੇ ਕਹਿੰਦੇ 100 ਰੁਪਈਆ ਬਣ ਗਿਆ। ਜਸਵੰਤ ਸਿੰਘ ਜੀ, ਸਰਪੰਚ ਸਾਹਿਬ, ਸੂਬਾ ਸਿੰਘ ਜੀ, ਕਹਿਲਗਰੀ ਵਾਲੇ 100 ਰੁਪਈਆ ਰੈਫਰੀ ਦੇ ਲਈ ਦਿੰਦੇ ਆ। 100 ਰੁਪਈਆ ਹਰਭਜਨ ਸਿੰਘ ਜੀ ਉਹਨਾਂ ਨੇ ਦਿੱਤਾ, ਆਪਾਂ ਧੰਨਵਾਦ ਕਰਦੇ ਹਾਂ। ਗਗਨੇ ਦੇ ਲਈ 100 ਰੁਪਈਆ ਬਲਦੇਵ ਸਿੰਘ ਜੀ ਭੇਜਦੇ, ਆਪਾਂ ਧੰਨਵਾਦ ਕਰਦੇ ਹਾਂ। ਗਗਨੇ ਦੇ ਲਈ 100 ਰੁਪਈਆ। ਵਾਕਈ ਕਹਿੰਦੇ ਵੀ ਜਿੱਥੇ ਤਲਵੰਡੀ ਭਾਈ ਦੇ ਸੰਦ ਕਹਿੰਦੇ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਤੇ ਉੱਥੇ ਰੱਬ ਨੇ ਕਹਿੰਦੇ ਲਾਲੇ ਨੂੰ 2 ਮਸ਼ੀਨਾਂ ਦਿੱਤੀਆਂ ਰੇਡਰ ਰੋਕਣ ਵਾਲੀਆਂ। ਵਾਕਈ ਕਹਿੰਦੇ ਵੀ 2 ਮਸ਼ੀਨਾਂ ਨੇ ਰੇਡਰ ਰੋਕਣ ਵਾਲੀਆਂ, ਰਮਣਾ ਦੇ ਗਗਨਾ ਕਹਿੰਦੇ ਸਿਰੇ ਦੇ ਜਾਫੀ ਹੈ। ਤਾਂ ਸਾਹਮਣੇ ਸਰੀਰ ਕਹਿੰਦੇ ਸਰਕਾਰੀ ਸਕੂਲ ਦੀਆਂ ਥੰਮਾਂ ਵਰਗੇ ਹੈ ਤੇ ਸਾਹਮਣੇ ਗੁੱਗੂ ਨੌਜਵਾਨ ਕਬੱਡੀ ਪਾ ਰਹੇ ਹੈ। ਦੌਦਰ ਦੀ ਧਰਤੀ ਦਾ ਗੁੱਗੂ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, 4 ਜਾਫੀ ਹੈ, ਕੌਣ ਵੱਧ ਕੇ ਬੱਲੇ ਬੱਲੇ ਕਰਵਾਊ। ਤਾਂ ਸਾਹਮਣੇ ਕਹਿੰਦੇ ਵੀ ਨੌਜਵਾਨ ਨੇ ਕੀਤੀ ਹੈ ਕੋਸ਼ਿਸ਼, ਇੱਕ ਪਾਸੇ ਕਹਿੰਦੇ ਤਲਵੰਡੀ ਭਾਈ ਵਾਲਾ, ਦੂਜੇ ਪਾਸੇ ਕਹਿੰਦੇ ਵੀ ਗੁੱਗੂ ਦੌਦਰ ਵਾਲਾ। ਲੋ ਪੈਂਦੇ ਨੇ ਪਟਾਕੇ, ਕਹਿੰਦੇ ਵੀ ਮੁੰਡੇ ਨੇ ਲੱਖੜ ਆਏ ਮਾਰਿਆ ਜਿਵੇਂ ਰੱਖ, ਸਵਾਦ ਆ ਗਿਆ ਕਹਿੰਦੇ ਪੂਰੀ ਬੱਲੇ ਬੱਲੇ ਕਰਵਾਤੀ ਐਨ, ਕਹਿੰਦੇ ਵੀ ਸਵਾਦ ਆ ਗਿਆ। ਬਲਦੇਵ ਸਿੰਘ ਜੀ 100 ਰੁਪਈਆ ਇਸ ਜਾਫੀ ਦੇ ਲਈ ਭੇਜਦੇ ਸਾਡੇ ਬਲਦੇਵ ਸਿੰਘ ਜੀ, ਆਪਾਂ ਧੰਨਵਾਦ ਕਰਦੇ ਹਾਂ ਪੂਰਾ। ਕਹਿੰਦੇ ਵੀ ਵੱਡਾ 100 ਦਾ ਨੋਟ ਦਿੱਤਾ ਤੇ 100 ਦਾ ਨੋਟ ਸਾਡੇ ਪ੍ਰਧਾਨ ਸਾਹਿਬ ਨੇ ਦਿੱਤਾ, ਇੱਕ ਪਾਸੇ ਕਹਿੰਦੇ ਬਾਪੂ ਗਾਂਭੀ ਹੈ ਤੇ ਦੂਜੇ ਪਾਸੇ ਭਈਆ ਰਾਣੀਆਂ ਝੋਨਾ ਲਾਉਂਦੀਆਂ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਇਸ ਵੇਲੇ ਤਲਵੰਡੀ ਵਾਲਾ ਕਬੱਡੀ ਪਾਉਂਦਾ ਹੋਇਆ, ਦੀਪ ਵਪਾਰੀ ਜੀ ਖੁਖਰਾਣੇ ਵਾਲੇ, ਉਹਨਾਂ ਵੱਲੋਂ ਧੀਰੇ ਦੇ ਲਈ 100 ਰੁਪਈਆ, ਆਪਾਂ ਧੰਨਵਾਦ ਕਰਦੇ ਹਾਂ। ਇਹਦੇ ਨਾਲ ਹੀ ਇਹ ਮੈਚ ਸਮਾਪਤ ਹੈ। ਦੱਸਿਓ ਡਾਕਟਰ ਸਾਹਿਬ ਕੌਣ ਜਿੱਤਿਆ? ਤਲਵੰਡੀ ਭਾਈ ਦੀ ਟੀਮ ਜਿੱਤ ਗਈ ਹੈ, ਮੁਬਾਰਕਬਾਦ ਹੈ, ਜ਼ੋਰ ਨਾਲ ਤਾੜੀ ਮਾਰ ਦਿਓ, ਤਲਵੰਡੀ ਭਾਈ ਜਿੱਤ ਗਈ ਇਸ ਮੈਚ ਦੇ ਵਿੱਚੋਂ। ਅਗਲੇ ਮੈਚਾਂ ਦੇ ਲਈ ਬੂਟਾ ਉਮਰੀਆਣਾ ਜੀ ਮਾਈਕ ਤੇ ਗੱਲ ਕਰਨਗੇ। ਖੋਸਾ ਰਣਧੀਰ ਵਾਲਾ ਬੀਤਾ ਸਾਡਾ ਵੀਰ ਸਟੇਜ ਦੇ ਬਿਲਕੁਲ ਲਾਗੇ ਆ ਜਾਵੇ, ਖੋਸਾ ਰਣਧੀਰ ਵਾਲਾ ਬੀਤਾ ਮੇਨ ਸਟੇਜ ਦੇ ਸਾਹਮਣੇ ਆ ਜਾਵੇ, ਮੇਰੀ ਬੇਨਤੀ ਹੈ।
ਲਓ ਜੀ ਜਿਹੜੇ ਦੋ ਟੀਮਾਂ ਦੇ ਪੁਆਇੰਟ ਨੇ ਸਾਢੇ 19 ਪੁਆਇੰਟ ਤਲਵੰਡੀ ਭਾਈ ਦੇ ਹੈ ਔਰ 10 ਜਿਹੜੇ ਪੁਆਇੰਟ ਡਗਰੂ ਦੀ ਟੀਮ ਦੇ ਹੈ। ਮੈਂ ਬੇਨਤੀ ਕਰਦਾ ਵੀ ਬਲਦੇਵ ਲੱਲੇ ਲਾਲਾ ਤਲਵੰਡੀ ਅਮਨਾ ਡਗਰੂ ਤੇ ਨਾਲ ਮੇਰੀ ਬੇਨਤੀ ਗੁਰਸੇਵ ਤੋਤਾ ਰਾਣੀ ਮਿਲਾਨ ਇਹ ਚਾਰੇ ਵੀਰ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ ਇਹਨਾਂ ਨੂੰ ਅਸੀਂ ਸਨਮਾਨ ਜਨ ਦੇਣੇ ਆ। ਮੇਰਾ ਵੀਰ ਬਲਜੀਤ ਖੋਸਰ ਧੀਰ ਸਾਡੇ ਸਰਦਾਰ ਜਸਵੰਤ ਸਿੰਘ ਜੀ ਸਰਪੰਚ ਸਾਦਾ ਸਿੰਘ ਵਾਲਾ ਤੇ ਨਾਲ ਸਰਦਾਰ ਸੋਭਾ ਸਿੰਘ ਜੀ ਗਿੱਲ ਕਹਿਲਗਰੀ ਉਹਨਾਂ ਦੇ ਨਿੱਕੇ ਵੀਰ ਹੈ 500 ਰੁਪਇਆ ਬਲਜੀਤ ਖੋਸਰ ਧੀਰ ਲਈ ਮਾਨ ਭੇਜਦੇ ਹੈ। ਆਪਾਂ ਧੰਨਵਾਦ ਕਰਾਂਗੇ ਬਲਦੇਵ ਲੱਲੇ ਕਬੱਡੀ ਦਾ ਮਹਾਨ ਖਿਡਾਰੀ ਉਧਰਲੇ ਬੰਨੇ ਲਾਲਾ ਤਲਵੰਡੀ ਭਾਈ ਤੇ ਮਾਨ ਸਨਮਾਨ ਜਿਹੜੇ ਖੇਡ ਮੈਦਾਨ ਦੇ ਵਿੱਚ ਦਿੱਤੇ ਜਾ ਰਹੇ ਹੈ ਔਰ 500 ਰੁਪਏ ਦਾ ਬਹੁਤ ਵੱਡਾ ਸਤਿਕਾਰ ਬਖਸ਼ਿਆ ਗਿਆ। ਡਾਕਟਰ ਹਰਜੀਤ ਜੀ ਦੇ ਕਾਪਾ ਗਰਾਊਂਡ ਦੇ ਵਿੱਚ ਲੈ ਆਓ ਬੇਨਤੀ ਹੈ। ਆਹ ਲੈ ਲਓ ਜੀ ਜਿਹੜੇ ਮਾਨ ਸਨਮਾਨ ਹੈ ਬੇਨਤੀ ਹੈ। ਸੋਨਾ ਤਲਵੰਡੀ ਕਬੱਡੀ ਖਿਡਾਰੀ ਮੇਰਾ ਵੀਰ ਉਹ ਵੀ ਗਰਾਊਂਡ ਦੇ ਵਿੱਚ ਆਵੇ ਇਹ ਜਿਹੜੇ ਸਨਮਾਨ ਹੈ ਮੈਂ ਬੇਨਤੀ ਕਰਾਂਗਾ ਸਾਡੀ ਟੂਰਨਾਮੈਂਟ ਕਮੇਟੀ। ਹਾਂਜੀ ਇਹ ਜਿਹੜੇ ਮਾਨ ਸਨਮਾਨ ਹੈ ਡਾਕਟਰ ਹਰਜੀਤ ਜੀ ਬਲਦੇਵ ਬਰਾੜ ਜੀ ਸਵਰਗੀ ਜੋਗਿੰਦਰ ਖਾਲਸਾ ਜੀ ਉਹਨਾਂ ਵੱਲੋਂ ਇਹ ਜਿਹੜੇ ਸਨਮਾਨ ਚਿੰਨ੍ਹ ਦਿੱਤੇ ਜਾ ਰਹੇ ਹੈ। ਫਾਈਨਲ ਮੈਚ ਤਲਵੰਡੀ ਭਾਈ ਤੇ ਖੋਸਰ ਧੀਰ ਜੀ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ। ਸੋਨਾ ਤਲਵੰਡੀ ਭਾਈ ਮੇਰਾ ਵੀਰ ਉਹ ਵੀ ਆ ਜਾਵੇ ਖਿੱਚੋ ਜੀ।